ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਤੇ ਗੁੱਡ ਆਫਟਰਨੂਨ। ਮੈਂ ਤੁਹਾਡਾ ਦੋਸਤ ਤੇ ਹੋਸਟ ਨਿਕ ਬਾਟ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਕਾਰੋਬਾਰ ਪੰਜਾਬੀਆਂ ਦੇ। ਜਿਸ ਤਰ੍ਹਾਂ ਹਰ ਬੁੱਧਵਾਰ ਨੂੰ ਅਸੀਂ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਕਾਰੋਬਾਰ ਪੰਜਾਬੀਆਂ ਦੇ, ਜਿਸ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਜਿਹੜੇ ਵੀ ਲੋਕਲ ਬਿਜ਼ਨੈਸਿਸ ਨੇ ਉਹਨਾਂ ਨੂੰ ਪ੍ਰਮੋਟ ਕਰਦੇ ਹਾਂ, ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਤੇ ਉਸ ਬਿਜ਼ਨਸ ਨੂੰ ਸਟੈਬਲਿਸ਼ ਕਰਨ ਦੇ ਵਿੱਚ ਜਿਹੜੀ ਲੱਗੀ ਹੋਈ ਮਿਹਨਤ ਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਤੇ ਉਸ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕਿਸ ਤਰ੍ਹਾਂ ਉਹ ਅੱਗੇ ਅੱਗੇ ਪ੍ਰੋਸੈਸ ਚੱਲਦਾ ਰਿਹਾ ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਤੇ ਉਸ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਵੀ ਸਾਡੇ ਕੋਲ ਰੈਸਟੋਰੈਂਟ ਦਾ ਸੀਗਾ, ਇਸ ਵੀਕ ਵੀ ਰੈਸਟੋਰੈਂਟ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਡਿਫਰੈਂਟ ਸਾਡੇ ਕੋਲ ਬਿਜ਼ਨੈਸਿਸ ਹੋਣਗੇ ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਤੁਸੀਂ ਵੀ ਜੇ ਸਾਡੇ ਇਸ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ, nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਤੇ ਥੱਲੇ ਲਿਖੇ ਨੰਬਰ ਦੇ ਉੱਪਰ ਤੁਸੀਂ ਸਾਨੂੰ ਕਦੀ ਵੀ ਕਾਲ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਤੁਹਾਡਾ ਕੋਈ ਵੀ ਬਿਜ਼ਨਸ ਹੈਗਾ ਆ, ਉਹ ਤੁਸੀਂ ਪੂਰੀ ਦੁਨੀਆ ਦੇ ਵਿੱਚ ਵਰਲਡ ਵਾਈਡ ਪ੍ਰਮੋਟ ਕਰ ਸਕਦੇ ਹੋ। ਮੈਨੂੰ ਕਈ ਵਾਰ ਕੁਐਸਚਨ ਕਰਦੇ ਨੇ ਸਾਡੇ ਕਈ ਸਰੋਤੇ, ਈਵਨ ਆਸਟ੍ਰੇਲੀਆ ਤੋਂ ਵੀ ਸਾਡੀ ਆਡੀਅੰਸ ਹੈਗੀ ਆ, ਨਿਊਜ਼ੀਲੈਂਡ ਤੋਂ ਵੀ ਆ, ਹੋਰ ਵੀ ਥਾਵਾਂ ਤੋਂ, ਕੈਨੇਡਾ ਤੋਂ, ਈਵਨ ਕੈਨੇਡਾ ਤੋਂ ਬ੍ਰੈਂਪਟਨ ਤੋਂ ਸਾਡੇ ਇੱਕ ਡੈਂਟਿਸਟ ਨੇ, ਉਹਨਾਂ ਦੀ ਐਡ ਚੱਲਦੀ ਆ, ਉਹਨਾਂ ਦੇ ਦੂਜੇ ਜਿਹੜਾ ਡੈਂਟਲ ਆਫਿਸ ਆ ਉਸਦੀ ਵੀ ਐਡ ਨੈਕਸਟ ਮੰਥ ਤੋਂ ਸ਼ੁਰੂ ਹੋ ਜਾਏਗੀ। ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਵਾ ਜਾਂ ਸਾਡਾ ਚੈਨਲ ਹੈਗਾ ਵਾ ਜਸ ਪੰਜਾਬੀ, ਇਸ ਦੇ ਜਿੰਨੇ ਵੀ ਸ਼ੋਜ਼ ਨੇ ਉਹ ਵਰਲਡ ਵਾਈਡ ਟੈਲੀਕਾਸਟ ਹੁੰਦੇ ਨੇ, ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ, ਯੂਕੇ, UAE, ਆਲ ਓਵਰ ਵਰਲਡ, ਇੰਡੀਆ, ਪਾਕਿਸਤਾਨ, ਜਿੱਥੇ ਕਿਤੇ ਵੀ ਤੁਸੀਂ ਤੁਹਾਡੇ ਕੋਲ ਜੇ ਡਿਸ਼ ਨੈਟਵਰਕ ਹੈਗਾ ਵਾ, ਈਵਨ ਸਲਿੰਗ ਇੱਕ ਅੱਜ ਕੱਲ੍ਹ ਬਹੁਤ ਹੀ ਵਧੀਆ ਮਾਧਿਅਮ ਹੈਗਾ ਵਾ, ਸਲਿੰਗ ਵਰਲਡ ਵਾਈਡ ਹੈਗਾ ਵਾ, ਤਾਂ ਸਲਿੰਗ ਤੁਸੀਂ ਫੋਨ 'ਤੇ ਡਾਊਨਲੋਡ ਕਰੋ ਜਾਂ ਫਿਰ ਟੈਬ 'ਤੇ ਡਾਊਨਲੋਡ ਕਰੋ, ਕਿਤੇ ਵੀ ਡਾਊਨਲੋਡ ਕਰੋ, ਈਵਨ ਅੱਜ ਕੱਲ੍ਹ ਜਿਹੜੇ ਸਮਾਰਟ TV ਨੇ ਉਸਦੇ ਉੱਪਰ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਕਿਤੇ ਵੀ ਬਹਿ ਕੇ ਤੁਸੀਂ ਆਪਣੇ ਪ੍ਰੋਗਰਾਮ ਨੂੰ ਪ੍ਰਮੋਟ ਕਰ ਸਕਦੇ ਹੋ, ਪ੍ਰੋਗਰਾਮ ਨੂੰ ਦੇਖ ਸਕਦੇ ਹੋ, ਸਾਡੇ ਕੋਈ ਵੀ ਪ੍ਰੋਗਰਾਮ ਨੇ ਉਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ। ਅਤੇ ਇਹ ਮੈਂ ਤਾਂ ਦੱਸ ਰਿਹਾ ਵਾਂ ਕਿ ਜਿਹੜਾ ਇੱਕ ਕੁਐਸਚਨ ਸੀਗਾ ਕਿ ਅਸੀਂ ਸਾਡਾ ਬਿਜ਼ਨਸ ਆਸਟ੍ਰੇਲੀਆ ਦੇ ਵਿੱਚ ਆ ਅਤੇ ਅਸੀਂ ਉਹਨੂੰ ਪ੍ਰਮੋਟ ਕਰਨਾ ਆ ਤਾਂ ਉਸਦਾ ਕਿੱਦਾਂ ਇਫੈਕਟ ਹੋਏਗਾ। ਸੋ ਇਹੋ ਹੀ ਇੱਕੋ ਇੱਕ ਜ਼ਰੀਆ ਹੈਗਾ ਵਾ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ, ਭਾਵੇਂ ਤੁਸੀਂ ਆਸਟ੍ਰੇਲੀਆ 'ਚ ਹੋ, ਭਾਵੇਂ ਇੰਗਲੈਂਡ 'ਚ ਹੋ, ਭਾਵੇਂ ਨਿਊਜ਼ੀਲੈਂਡ 'ਚ ਹੋ, ਭਾਵੇਂ ਕੈਨੇਡਾ ਦੇ ਵਿੱਚ ਹੋ, ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਵਾ ਉਹ ਵਰਲਡ ਵਾਈਡ ਟੈਲੀਕਾਸਟ ਹੁੰਦਾ ਵਾ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਦੇਵਾਂ ਦਰਸ਼ਕੋ ਕਿ ਇੱਕ ਹੋਰ ਸਾਡੇ ਜਿਹੜੇ ਕਲਾਇੰਟ ਆਉਣ ਵਾਲੇ 2 ਵੀਕ ਦੇ ਵਿੱਚ ਉਹ ਕੰਮ ਕਰਦੇ ਨੇ ਏਅਰ ਟਰੈਵਲਿੰਗ ਦਾ, ਜਿਹੜੀ ਆ ਟਿਕਟਸ ਦਾ, ਉਹ ਟਰੈਵਲ ਏਜੰਟ ਨੇ ਅਤੇ ਕੈਨੇਡਾ ਦੇ ਵਿੱਚ ਵੀ ਹੈ ਉਹਨਾਂ ਦਾ ਆਫਿਸ, ਇੰਡੀਆ ਦੇ ਵਿੱਚ ਹੈ ਉਹਨਾਂ ਦਾ ਆਫਿਸ, ਅਮੈਰੀਕਾ ਦੇ ਵਿੱਚ ਵੀ ਹੈ ਉਹਨਾਂ ਦਾ ਆਫਿਸ। ਪਰ ਜਦੋਂ ਤੁਸੀਂ ਟਰੈਵਲ ਕਰਦੇ ਹੋ ਅਤੇ ਜਦੋਂ ਤੁਸੀਂ ਟਰੈਵਲ ਕਰਦੇ ਹੋ ਤਾਂ ਤੁਸੀਂ ਟਿਕਟ, ਜਦੋਂ ਤੁਸੀਂ ਏਅਰ ਟਿਕਟ ਲੈਂਦੇ ਹੋ ਉਹ ਹਰ ਇੱਕ ਜਗ੍ਹਾ ਦੇ ਉੱਤੋਂ ਵੱਖਰੀ ਵੱਖਰੀ ਪ੍ਰਾਈਜ਼ਿੰਗ ਹੁੰਦੀ ਆ ਅਤੇ ਉਹ ਇੱਕ ਬਹੁਤ ਵਧੀਆ ਸੋਰਸ, ਜਦੋਂ ਮੈਂ ਉਹਨਾਂ ਨੂੰ ਕਨਵੇ ਕੀਤਾ ਤਾਂ ਉਹਨਾਂ ਦੇ ਗੱਲ ਸਮਝ ਦੇ ਵਿੱਚ ਆਈ। ਸੋ ਉਹਨਾਂ ਦੇ ਨਾਲ ਵੀ ਤੁਹਾਡੇ ਜ਼ਰੂਰ ਗੱਲਬਾਤ ਕਰਾਵਾਂਗੇ। ਅਤੇ ਅੱਜ ਜਿਹੜਾ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ ਇੱਥੋਂ ਫਿਲਾਡੈਲਫੀਆ ਦੇ ਨਾਲ ਹੀ, ਅਪਰ ਡਾਰਬੀ, ਤੁਸੀਂ ਫਿਲਾਡੈਲਫੀਆ ਹੀ ਕਹਿ ਸਕਦੇ ਹੋ, ਅਪਰ ਡਾਰਬੀ ਦੇ ਵਿੱਚ 69 ਸਟਰੀਟ ਇੱਕ ਕਾਫੀ ਮਸ਼ਹੂਰ ਸਟਰੀਟ ਹੈਗੀ ਆ, ਇੱਕ ਹਿਸਟੋਰਿਕ ਪਲੇਸ ਹੈਗੀ ਆ ਜਿੱਥੇ ਕਿ ਟਾਵਰ ਥੀਏਟਰ ਹੈਗਾ ਆ, ਜਿਹੜਾ ਕਿ ਜਿੱਥੇ ਬਹੁਤ ਸਾਰੇ ਕਾਨਸਰਟਸ ਅਤੇ ਸ਼ੋਜ਼ ਹੁੰਦੇ ਨੇ। ਉਸ ਤੋਂ ਥੋੜ੍ਹਾ ਅੱਗੇ ਜਾ ਕੇ 211 South 69 Street ਦੇ ਉੱਪਰ ਦੇਸੀ ਹਲਾਲ ਕੋਰਨਰ ਇੱਕ ਰੈਸਟੋਰੈਂਟ ਹੈ, ਮੋਸਟਲੀ ਉੱਥੇ ਟੇਕ ਆਊਟ ਅਤੇ ਡਿਲੀਵਰੀ ਹੈ, ਜੇ ਤੁਸੀਂ ਈਟਿੰਗ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ, ਅਤੇ ਉਹ ਕੈਟਰਿੰਗ ਵਗੈਰਾ ਵੀ ਕਰਦੇ ਨੇ। ਅਤੇ ਸਭ ਤੋਂ ਵਧੀਆ ਗੱਲ ਇਹ ਹੈਗੀ ਆ ਕਿ ਜਿਹੜੇ ਸਾਡੇ ਪਾਕਿਸਤਾਨੀ ਵੀਰ ਭੈਣ ਭਰਾ ਨੇ ਉਹਨਾਂ ਨੂੰ ਵੀ ਦੱਸਣਾ ਚਾਹਾਂਗੇ, ਕਿਉਂਕਿ ਉਹ ਵੀ ਸਾਡਾ ਪ੍ਰੋਗਰਾਮ ਦੇਖਦੇ ਨੇ, ਸਾਡਾ TV ਵਾਚ ਕਰਦੇ ਨੇ, ਕਿਉਂਕਿ ਸਾਡਾ ਰਾਬਤਾ ਹੈ, ਸਾਡੀ ਜਿਹੜੀ ਲੈਂਗੁਏਜ ਹੈਗੀ ਆ, ਜਿਹੜੀ ਪੰਜਾਬੀ ਲੈਂਗੁਏਜ ਹੈਗੀ ਆ, ਉਹ ਭਾਵੇਂ ਚੜ੍ਹਦੇ ਪੰਜਾਬ ਦੀ ਹੋਵੇ ਅਤੇ ਭਾਵੇਂ ਲਹਿੰਦੇ ਪੰਜਾਬ ਦੀ, ਉਹ ਇੱਕ ਸਾਂਝੀ ਲੈਂਗੁਏਜ ਹੈਗੀ ਆ। ਅਤੇ ਉਸ ਦੇ ਨਾਲ ਜਿਹੜਾ ਸਾਡਾ ਫੂਡ ਹੈਗਾ ਵਾ, ਸਾਡਾ ਕਲਚਰ ਹੈਗਾ ਵਾ, ਉਹ ਭਾਵੇਂ ਚੜ੍ਹਦੇ ਪੰਜਾਬ ਦਾ ਹੋਵੇ, ਭਾਵੇਂ ਲਹਿੰਦੇ ਪੰਜਾਬ ਦਾ ਹੋਵੇ, ਇੱਕ ਸਾਂਝਾ ਕਲਚਰ ਹੈਗਾ ਵਾ, ਇੱਕ ਸਾਂਝਾ ਫੂਡ ਹੈਗਾ ਵਾ। ਅਤੇ ਦੇਸੀ ਹਲਾਲ ਕੋਰਨਰ ਦੀ ਖਾਸੀਅਤ ਇਹ ਹੈਗੀ ਆ ਕਿ ਉੱਥੇ ਤੁਹਾਨੂੰ ਪਾਕਿਸਤਾਨ ਦੀਆਂ ਜਿਹੜੀਆਂ ਡਿਸ਼ਿਜ਼ ਨੇ ਉਹ ਵੀ ਤੁਹਾਨੂੰ ਮਿਲਦੀਆਂ ਨੇ, ਅਤੇ ਜਿਹੜੀਆਂ ਇੱਧਰ ਆਪਣੇ ਇੰਡੀਆ ਸਾਈਡ ਦੀਆਂ ਡਿਸ਼ਿਜ਼ ਨੇ ਉਹ ਵੀ ਮਿਲਦੀਆਂ ਨੇ, ਕਿਉਂਕਿ ਉਹਨਾਂ ਕੋਲ ਇੱਕ ਪਾਕਿਸਤਾਨੀ ਸ਼ੈੱਫ ਹੈ ਅਤੇ ਇੱਕ ਇੰਡੀਅਨ ਸ਼ੈੱਫ ਹੈ। ਅਤੇ
ਹੋਰ ਇੱਕ ਜਿਹੜੀ ਵਧੀਆ ਗੱਲ ਤੁਹਾਨੂੰ ਮੈਂ ਦੱਸਣ ਜਾ ਰਿਹਾ ਵਾਂ, ਜਿਹੜੇ ਕਿ ਵਾਕਫ ਹੋਣਗੇ ਉਸ ਏਰੀਏ ਤੋਂ 69 ਸਟਰੀਟ ਦੇ ਉੱਪਰ ਜਿੱਥੇ ਇਹ ਕਬਾਬ ਕਾਰਨਰ ਹੈਗਾ ਵਾ, ਉਸ ਤੋਂ ਇੱਕ ਸਾਈਡ ਦੇ ਉੱਪਰ ਮਸਜਿਦ ਆ ਜਿਹੜੀ ਉੱਥੋਂ ਦੀ। ਅੱਜ ਕੱਲ੍ਹ ਰਮਜ਼ਾਨ ਚੱਲ ਰਿਹਾ ਵਾ ਅਤੇ ਸ਼ਾਮ ਦੇ ਟਾਈਮ ਜੇ ਇਫਤਾਰੀ ਜਾਂ ਕੁਛ ਵੀ ਲੈਣਾ ਹੋਵੇ ਤਾਂ ਤੁਸੀਂ ਜਦੋਂ ਜਾਂਦੇ ਹੋ ਤੁਸੀਂ ਨਮਾਜ਼ ਪੜ੍ਹਨ ਜਾਣ ਲੱਗਿਆ ਆਰਡਰ ਕਰਕੇ ਜਾਓ, ਆਉਂਦਿਆਂ ਤੱਕ ਤੁਹਾਡਾ ਆਰਡਰ ਤਿਆਰ ਹੋਏਗਾ। ਅਤੇ ਦੂਜੀ ਸਾਈਡ ਦੇ ਉੱਪਰ ਆਪਣਾ ਗੁਰੂ ਘਰ ਹੈ, ਗੁਰੂ ਨਾਨਕ ਸਿੱਖ ਸੁਸਾਇਟੀ ਫਿਲਾਡੈਲਫੀਆ। ਸੋ ਤੁਸੀਂ ਕਦੀ ਸੰਡੇ ਸੈਟਰਡੇ ਕਦੀ ਵੀ ਆਉਂਦੇ ਹੋ ਤਾਂ ਉਸ ਤੇ ਬਿਲਕੁਲ ਕਲੋਜ਼ ਆ ਜੇ ਤੁਸੀਂ ਟੇਕ ਆਊਟ ਕਰਨਾ ਚਾਹੁੰਦੇ ਹੋ, ਕਿਉਂਕਿ ਗੁਰੂ ਘਰਾਂ ਦੇ ਵਿੱਚ ਤੇ ਜ਼ਿਆਦਾਤਰ ਸੰਡੇ ਨੂੰ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਵਾ। ਪਰ ਫਿਰ ਵੀ ਕਈ ਵਾਰ ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਵੀ ਓਕੇਸ਼ਨ ਹੋਣ, ਜਿੱਦਾਂ ਅੱਜ ਕੱਲ੍ਹ ਸਮਰ ਪਾਰਟੀਜ਼ ਹੁੰਦੀਆਂ ਨੇ, ਕਈ ਕੁਛ ਹੁੰਦਾ ਵਾ, ਤਾਂ ਤੁਸੀਂ ਉੱਥੋਂ ਟੇਕ ਆਊਟ ਕਰ ਸਕਦੇ ਹੋ। ਯਾਦ ਰੱਖੋ ਨਾਮ ਦੇਸੀ ਹਲਾਲ ਕਾਰਨਰ। ਤੇ ਦੇਸੀ ਹਲਾਲ ਕਾਰਨਰ ਦੇ ਉੱਪਰ ਸਾਡੇ ਭਾਪਾ ਜੀ ਗਏ ਸੀਗੇ ਤੇ ਉਹਨਾਂ ਨੇ ਉੱਥੇ ਦੀ ਕਵਰੇਜ ਕੀਤੀ ਆ, ਉੱਥੇ ਦੀ ਡਿਸ਼ਸ ਦੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਆ। ਸੋ ਮੈਂ ਟੀਮ ਨੂੰ ਬੇਨਤੀ ਕਰਾਂਗਾ ਜੀ, ਭਾਪਾ ਜੀ ਦਾ ਵਿਜ਼ਿਟ ਜਿਹੜਾ ਦੇਸੀ ਕਬਾਬ ਕਾਰਨਰ ਦਾ ਆ, ਉਹ ਜ਼ਰੂਰ ਦਰਸ਼ਨ ਕਰੇ। ਪਟਨਰ ਵੀ ਆਏ ਆ ਕਬਾੜ ਦਾ ਭਾਪਾ ਵੈ ਤੇ ਦੇਸੀ ਹਲਾਲ ਕੋਰਨਰ, ਮੈਨੂੰ ਕਹਿੰਦਾ ਭਾਪਾ ਉੱਥੇ ਜਾ ਕੇ ਵਿਜੇ ਕੁਮਾਰ ਨੂੰ ਮਿਲੋ ਤੇ ਨਾਲੇ ਉੱਥੇ ਖਰੋੜੇ ਖਾਓ, ਨਾਲੇ ਉੱਥੇ ਮੱਛੀ ਖਾਓ, ਨਾਲੇ ਉੱਥੇ ਖਾਓ ਤੰਦੂਰੀ ਚਿਕਨ। ਤੇ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਜੇ ਇਹ ਜਿਹੜਾ ਹੈਗਾ 69 ਸਟਰੀਟ ਦੇ ਉੱਤੇ ਹੈਗਾ ਇਹ ਕਬਾਬ ਕੋਰਨਰ। ਇੱਕ ਬੰਨੇ ਮਸਜਿਦ ਆ ਅਤੇ ਇੱਕ ਬੰਨੇ ਗੁਰਦੁਆਰਾ ਆ। ਇੱਥੇ ਪਾਕਿਸਤਾਨੀ ਸ਼ੈਫ ਵੀ ਹੈਗੇ ਨੇ ਅਤੇ ਇੰਡੀਅਨ ਸ਼ੈਫ ਵੀ ਹੈਗੇ ਨੇ ਅਤੇ ਬੜੀ ਵਰਾਇਟੀ ਆ ਜੀ ਇਹਨਾਂ ਕੋਲ। ਵਿਜੇ ਜੀ ਤਾਂ ਸਵਾਗਤ ਹੈ ਤੁਹਾਡਾ ਜੀ ਜਸ ਪੰਜਾਬੀ 'ਤੇ, ਚੱਲੀਏ ਫਿਰ ਅੰਦਰ। ਤੁਹਾਡਾ ਵੀ ਸਵਾਗਤ, ਮੋਸਟ ਵੈਲਕਮ ਜੀ, ਆਓ ਜੀ। ਓਕੇ ਜੀ। ਆਪਾਂ ਵਿਜੇ ਵਿਜੇ ਹੁਣਾਂ ਨਾਲ ਆਪਾਂ ਗੱਲਬਾਤ ਕਰਨ ਡਏ ਹਾਂ। ਆਪਾਂ ਆਏ ਹਾਂ ਜਾਂ ਦੇਸੀ ਹਲਾਲ ਕੋਰਨਰ ਦੇ ਉੱਤੇ, ਇਹ ਟੇਕ ਆਊਟ ਅਤੇ ਡਿਲੀਵਰੀ ਉਹਦੇ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ। ਸਾਡੇ ਕੋਲ ਟੇਕ ਓਵਰ ਡਿਲੀਵਰੀ ਬਹੁਤ ਹੈ, ਊਬਰ ਤਾਂ ਜਾਂਦੀ ਹੈ, ਡੋਰ ਡੈਸ਼ ਹੈ, ਹਬ ਗ੍ਰੱਬ ਹੈ, ਗ੍ਰੱਬ ਹੱਬ ਹੈ, ਦੋਨੇ ਤਿੰਨੇ 'ਤੇ ਜਾਂਦੀ ਹੈ ਡਿਲੀਵਰੀ 'ਤੇ। ਮੈਨੂੰ ਕਈ ਨਾਂ ਨੂੰ ਲੈਣੇ ਲਈ ਆਉਂਦੇ ਅਤੇ ਦੂਜਾ ਜਿਹੜਾ ਹੈਗਾ ਵਾ ਊਬਰ ਦੇ ਉੱਤੇ ਮੈਂ ਉਂਗਲ ਉਂਗਲ ਮਾਰ ਕੇ ਕਈ ਵਾਰ ਮੰਗਾ ਲੈਣਾ। ਇੱਧਰ ਜੇ ਤੁਸੀਂ ਜੇ ਕੁਛ ਮੰਗਾਉਣਾ ਮੰਗਾਉਣਾ ਹੋਵੇ ਤਾਂ ਇਹ ਕਹਿੰਦੇ ਨੇ ਵੀ ਊਬਰ ਤੋਂ ਮੰਗਾ ਸਕਦੇ ਹੋ ਅਤੇ ਦੂਜੇ ਤੋਂ ਡੋਰ ਡੈਸ਼ ਤੋਂ ਮੰਗਾ ਸਕਦੇ ਹੋ, ਗ੍ਰੱਬ ਉਹਦੇ 'ਤੇ ਵੀ ਤੁਸੀਂ ਮੰਗਾ ਸਕਦੇ ਹੋ। ਤਾਂ ਹੁਣ ਤਾਂ ਤੁਸੀਂ ਸਾਨੂੰ ਕੀ ਖਵਾਓਗੇ ਹੁਣ? ਹੁਣ ਤੁਹਾਨੂੰ ਖਵਾ ਦਿੰਦੇ ਹਾਂ ਆਪਣੇ ਗੋਟ, ਗੋਟ ਅਤੇ ਦਾਲ ਚਨੇ ਦੀ ਹੈ, ਵੈਜੀ ਸਬਜ਼ੀਆਂ ਜੀ ਲਿਆਓ ਜੀ, ਲਿਆਓ ਗੋਟ ਵੀ ਲਿਆਓ ਜੀ। ਮੈਂ ਵਿਜੇ ਜੀ ਇੰਨੀਆਂ ਚੀਜ਼ਾਂ ਵਾ ਇੰਨੀਆਂ ਖਾਧੀਆਂ ਤਾਂ ਮੇਰੇ ਕੋਲ ਜਾਣੀਆਂ ਨਹੀਂ ਆ, ਮੈਂ ਕਹਿੰਦਾ ਵੀ ਉਹਦਾ ਡੱਬੇ 'ਚ ਪਾ ਦਿਓ, ਨਿਆਣੇ ਰੱਜਣਗੇ ਅੱਜ ਫਿਰ। ਹੈ ਹਾਂਜੀ, ਇਹ ਕਿਹੜੀ ਡਿਸ਼ ਆ? ਇਹ ਗੋਟ, ਗੋਟ ਕੜਾਹੀ ਹੈ ਜੀ। ਗੋਟ ਕੜਾਹੀ ਕਿ ਗੋਟ ਕਰੀ? ਗੋਟ ਕਰੀ, ਗੋਟ ਕੜਾਹੀ ਇੱਕੋ ਚੀਜ਼ ਹੈ। ਵਾਹ ਜੀ ਵਾਹ, ਕਿਆ ਰੋਗਨ ਜੋਸ਼ ਚਮਕ ਰਿਹਾ ਦੂਰੋਂ। ਦਰਸ਼ਕੋ ਇਹ ਗੋਟ ਕਰੀ ਦੇਖ ਲਓ ਵੀ ਇਹ ਇੰਡੀਆ ਵਿਆਹਾਂ ਦੇ ਵਿੱਚ ਜਿਹੜੀਆਂ ਦੇਗਾਂ 'ਚ ਨਹੀਂ ਬਣਦੀ, ਵੇਖਣ ਨੂੰ ਬਿਲਕੁਲ ਉੱਦਾਂ ਦੀ ਲੱਗਦੀ ਆ। ਤਾਂ ਹੋਰ ਕੀ ਮੰਗਾ ਰਹੇ ਹੋ ਜੀ? ਹੋਰ ਜੀ ਚਨੇ ਦੀ ਦਾਲ ਹੈ। ਹਾਂ ਜੀ ਲੈ ਆਓ ਜੀ, ਚਲੇ ਦੀ ਵੀ ਲੈ ਆਓ। ਹਾਂ ਜੀ, ਗੋਟ ਕੜਾਹੀ ਕਹਿ ਲਓ, ਗੋਟ ਕਰੀ ਕਹਿ ਲਓ, ਇਹ ਆਪਾਂ ਵੇਖਦੇ ਹਾਂ ਵੀ ਹਰ ਇੱਕ ਰੈਸਟੋਰੈਂਟ ਦੇ ਉੱਤੇ ਦਾਲ ਮੱਖਣੀ ਹੀ ਜ਼ਿਆਦਾ ਹੁੰਦੀ ਆ, ਪਰ ਇਹਨਾਂ ਦੀ ਵੇਖੇ ਬੜਾ ਵੀ ਆਹ ਪੀਲੀ ਦਾਲ ਵੀ ਇਹਨਾਂ ਨੇ ਬਣਾਈ ਆ। ਇਹ ਕਿਹੜੀ ਦਾਲ ਹੈ ਜੀ? ਇਹ ਚਨੇ ਦੀ ਦਾਲ ਹੈ ਜੀ। ਵਾਹ ਜੀ ਵਾਹ, ਇਹ ਤੁਹਾਡੇ ਕੋਲ ਹਮੇਸ਼ਾ ਅਵੇਲੇਬਲ ਆ? ਹਮੇਸ਼ਾ ਅਵੇਲੇਬਲ ਹੈ ਸਾਡੇ ਕੋਲ, ਵੈਜੀ ਆਈਟਮ ਬਹੁਤ ਹੈ। ਪਾਲਕ ਪਨੀਰ ਹੋ ਗਿਆ, ਸ਼ਾਹੀ ਪਨੀਰ ਹੋ ਗਿਆ, ਮਟਰ ਪਨੀਰ ਹੋ ਗਿਆ, ਇੱਦਾਂ ਦੀ ਆਈਟਮ ਆ ਵੈਜੀ 'ਚ ਬਹੁਤ ਹੈ। ਆਹ ਤਾਂ ਹੋ ਗਿਆ ਵਾ। ਆਪਾਂ ਨਾਨ ਜਿਹੜੇ ਆ ਉਹ ਨਾਨ ਵੀ ਆਪਾਂ ਮੰਗਾ ਹੀ ਲਈਏ, ਮੈਂ ਕਹਿੰਦਾ ਵੀ ਨਾਨ ਦੇ ਨਾਲ ਫਿਰ ਆਪਾਂ ਗੱਲਬਾਤ ਕਰਾਂਗੇ ਦੂਜੀ ਵੀ ਨਾਲ ਹੀ। ਉਹ ਮੈਂ ਕਿਹਾ ਵੀ ਨਾਨ ਵੀ ਆ ਗਏ ਆ ਅਤੇ ਮੇਰਾ ਤਾਂ ਮੈਨੂੰ ਤਾਂ ਭੁੱਖ ਜਿਹੀ ਵੀ ਲੱਗ ਗਈ ਆ, ਮੈਂ ਕਹਿੰਦਾ ਬ੍ਰੇਕ ਨਾ ਲੈ ਲਈਏ। ਪਰ ਮੈਂ ਦੱਸ ਦਵਾਂ ਤਾਂ ਦਰਸ਼ਕਾਂ ਨੂੰ, ਨਾਨ ਹਰ ਜਗ੍ਹਾ 'ਤੇ ਹੁੰਦੇ ਆ, ਹਰ ਥਾਵਾਂ 'ਤੇ ਹਰ ਰੈਸਟੋਰੈਂਟ 'ਤੇ ਨਾਨ ਹੁੰਦੇ ਆ, ਪਰ ਨਾਨ ਵੀ ਬੜੇ ਤਰੀਕੇ ਦੇ ਹੁੰਦੇ ਆ। ਅਤੇ ਤੁਹਾਡੇ ਕੋਲ ਕਿਹੜੇ ਕਿਹੜੇ ਨਾਨ ਹੈਗੇ ਨੇ? ਆਪਣੇ ਕੋਲ ਆਲੂ ਨਾਨ ਮਿਲ ਜਾਏਗਾ, ਪਨੀਰ ਨਾਨ ਮਿਲ ਜਾਏਗਾ, ਆਲੂ ਪਿਆਜ਼ ਨਾਨ ਮਿਲ ਜਾਏਗਾ, ਗਾਰਲਿਕ ਨਾਨ ਮਿਲ ਜਾਏਗਾ, ਜਿੱਦਾਂ ਦਾ ਕਸਟਮਰ ਮਿਲ ਗਿਆ ਉੱਦਾਂ ਦੇ ਬਣਾ ਦੀਦਾ। ਇੱਕ ਹੋਰ ਆ ਵੀ ਆਪਣਾ ਇੱਕ ਕੀਮਾ ਨਾਨ ਹੁੰਦਾ ਵਾ, ਜਿੱਦਾਂ ਤੁਹਾਡੇ ਕੋਲ ਜੁਆਇੰਟ ਜਿਹੜੀ ਹੈਗੀ ਆ, ਇਹ ਕਿਚਨ ਇੰਡੀਆ ਅਤੇ ਪਾਕਿਸਤਾਨੀ ਦੋਵੇਂ ਕੁੱਕ ਨੇ ਇੱਥੇ, ਉਹਨਾਂ ਦੇ ਨਾਲ ਵੀ ਆਪਾਂ ਹੁਣ ਗੱਲ ਕਰਾਂਗੇ। ਅਤੇ ਉਹ ਇੱਕ ਕੀਮਾ ਨਾਨ ਵੀ ਹੁੰਦਾ? ਹਾਂਜੀ ਹਾਂਜੀ ਹਾਂਜੀ, ਕੀਮਾ ਨਾਨ ਵੀ ਸਪੈਸ਼ਲਿਸਟ ਹੈ। ਠੀਕ ਆ, ਹਾਂਜੀ। ਦੇਸੀ ਹਲਾਲ ਕਾਰਨਰ ਬੋਲੋ ਜੀ।
ओके 10 कबाब हो गए जी, एक तंदूरी चिकन फुल, एक फुल तंदूरी चिकन हो गया जी, दो ऑर्डर समोसा चाट और जी 5 नान, गार्लिक नान, ओके जी, एनीथिंग एल्स, 20 मिनट, ओके ओके। सत श्री अकाल दर्शकों, स्वागत है एक बार फिर ब्रेक तो बाद प्रोग्राम कारोबार पंजाबियां दे विच। फिलाडेल्फिया पेंसिलवेनिया दे स्टूडियो तो तुहाडे नाल मुखातिफ हाँ असीं अज जस पंजाबी दे माध्यम राहीं। ते जे तुसीं भी साडे इस प्रोग्राम दा हिस्सा बनना चाहुंदे हो तां साडे नाल संपर्क कर सकदे हो nick@justbroadcasting.com दे उपर या फिर info@justbroadcasting.com दे उपर। कल्ला दे कल्ला इसे प्रोग्राम दे विच ही नहीं, जस पंजाबी दा कोई भी प्रोग्राम होवे जिहड़ा भी तुहाडा फेवरेट हैगा उस दे विच जे तुसीं किसी भी तरीके की कोई अपनी एडवरटाइजमेंट देना चाहते हो या तुहाडा कोई भी ईवेंट हैगा वा जिहड़ा तुसीं साडे माध्यम राही पूरी दुनिया तक पहुंचाना चाहते हो, कोई मैसेज हैगा वा, तुहाडा कोई भी टैलेंट हैगा वा, तो इको एक जरिया हैगा वा जस पंजाबी, जिस दे उपर तुसीं संपर्क करके साडे नाल जुड़ के सानू ईमेल करो, साडे नाल राबता करो। साडे कोल बहुत ही वधिया वक्रे वक्रे पैकेजेस हैगे ने जेडे कि तुहाडे बिजनेस दे हिसाब नाल अफोर्डेबल होणगे। असीं गरंटी दिंदे आ कि तुहानू असीं जरूर खुश करांगे ते साडे चैनल ते चली हुई भी कोई भी एडवरटाइजमेंट दा तुहानू फायदा जरूर होवेगा, क्योंकि ये जिहड़ा साडा चैनल हैगा वा ये कल्ला अमेरिका दे विच नहीं बल्कि वर्ल्ड वाइड कैनेडा आस्ट्रेलिया न्यूजीलैंड इंग्लैंड यूके ऑल ओवर द वर्ल्ड इंडिया पाकिस्तान ऑल ओवर द वर्ल्ड ये चैनल जिहड़ा हैगा वा साडा प्रसारित करता है वक्रे वक्रे समय दे उत्ते वक्रे वक्रे प्रोग्राम। तो तुसी भी उस प्रोग्राम का हिस्सा बनना चाहते हो साडे जरूर संपर्क करो nick@justbroadcasting.com के उपर या फिर info@justbroadcasting.com के उपर। सो अज दर्शको जिहड़ा आपां बिजनेस लैके आए हैं देसी हलाल कॉर्नर जिथे पापा जी ने तुहानू थोड़ियां डिशेज दिखाईयां उत्थों दे शैफ जिहड़े सीगे विजय कुमार नाल तुहाडी गलबात उन्हां दे नाल गलबात हुई ते कुछ डिशेज उन्हें दित्तियां। बहुत वड्डा मैन्यू है इन्हां दा जिस दे विच कि आपां जे गल करिए अपने इधर दे इंडिया दीयां डिशेज उस दे विच बटर चिकन तंदूरी चिकन चिकन टिक्का मसाला गोट करी दाल पालक पनीर शाही पनीर मलाई कोफ्ता बेतहा इन्हां कोल छोले भटूरे हलवा पूड़ी समोसा चाट ये सारिया इन्हां कोल डिशेज हैगियां ने। ते जे आपां गल करदे आ दूजी साइड दी पाकिस्तान दी ते उत्थों दीयां जिहड़ियां मशहूर आइटम्स ने खरौड़े जिहड़े आ जिहनूं पाए भी कहिंदे आ ते अपने ने दोवें साइडां ते इह चलदे ने। ਆਪਾਂ ਨੂੰ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਅਖਰੌੜੇ ਹੋ ਗਏ ਬਹੁਤ ਘੱਟ ਮਿਲਦੇ ਨੇ ਅਤੇ ਮੈਂ ਵੀ ਸਰਪ੍ਰਾਈਜ਼ ਹੋਇਆ ਜਦੋਂ ਮੈਂ ਇਹਨਾਂ ਕੋਲੋਂ ਟੇਸਟ ਕੀਤਾ ਉਹ ਸੇਮ ਇੰਡੀਆ ਵਾਲੀ ਜਿਹੜੀ ਕੁਆਲਿਟੀ ਆ ਸੇਮ ਉਹ ਟੇਸਟ। ਤੋ ਪਾਕਿਸਤਾਨ ਦੀ ਸਾਈਡ ਦੇ ਉੱਤੋਂ ਮੈਂ ਤੁਹਾਨੂੰ ਦੱਸਦਾ 5-4 ਚੀਜ਼ਾਂ ਕਿ ਕੀਮਾ ਨਾਨ ਇਹਨਾਂ ਦਾ ਅਤੇ ਕਬਾਬ ਹਰ ਇੱਕ ਤਰੀਕੇ ਦੇ ਆ ਜਿੱਦਾਂ ਇਹਨਾਂ ਨੇ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਅਤੇ ਗ੍ਰਿਲ ਮਿਕਸ ਗ੍ਰਿਲਡ ਫਿਰ ਤੁਸੀਂ ਰੈਗੂਲਰ ਕਬਾਬ ਲੈ ਲਓ ਚਫਲੀ ਕਬਾਬ ਲੈ ਲਓ ਫਰਾਈਡ ਫਿਸ਼ ਲੈ ਲਓ ਲਾਹੌਰੀ ਫਿਸ਼ ਲੈ ਲਓ ਨਿਹਾਰੀ ਲੈ ਲਓ ਤੁਸੀਂ ਹਲੀਮ ਲੈ ਲਓ ਅਤੇ ਫਿਰ ਉਸਦੇ ਨਾਲ ਜਿੱਦਾਂ ਪਾਏ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵਾਂ ਅਤੇ ਕੀਮਾ ਨਾਨ ਜਿਹੜਾ ਹੈਗਾ ਵਾ ਉਹ ਮੈਂ ਇਹਨਾਂ ਦਾ ਟਰਾਈ ਕੀਤਾ। ਮੈਂ ਪਹਿਲਾਂ ਇੱਕ ਜਗ੍ਹਾ ਟਰਾਈ ਕੀਤਾ ਸੀਗਾ ਕੀਮਾ ਨਾਨ ਪਰ ਉਸ ਦੇ ਵਿੱਚ ਉਹ ਗੱਲ ਨਹੀਂ ਸੀਗੀ, ਪਰ ਜਿਹੜਾ ਇਹਨਾਂ ਦਾ ਕੀਮਾ ਨਾਨ ਅਸੀਂ ਟਰਾਈ ਕੀਤਾ ਵਾ ਉਹ ਬੇਸ਼ੱਕ ਮੈਂ ਅਸੀਂ ਇੰਡੀਆ ਤੋਂ ਹੈਗੇ ਹਾਂ ਸਾਡੇ ਪੰਜਾਬ ਦੇ ਵਿੱਚ ਤਾਂ ਕੀਮਾ ਨਾਨ ਦਾ ਇੰਨਾ ਹੈ ਨਹੀਂਗਾ ਕਲਚਰ, ਪਰ ਜੇ ਤੁਸੀਂ ਲਖਨਊ ਵਾਲੀ ਸਾਈਡ ਉੱਧਰ ਜਾਓ ਤਾਂ ਉੱਥੇ ਕੀਮਾ ਨਾਨ ਅਤੇ ਆਹ ਕਬਾਬ ਵਗੈਰਾ ਜਿਹੜੇ ਨੇ ਕਾਫ਼ੀ ਮਸ਼ਹੂਰ ਨੇ ਅਤੇ ਉਹ ਜਦੋਂ ਆਪਾਂ ਟਰੈਵਲ ਕਰਦੇ ਹਾਂ ਅਤੇ ਆਹ ਸਾਰੀਆਂ ਚੀਜ਼ਾਂ ਟੇਸਟ ਕੀਤੀਆਂ ਹੁੰਦੀਆਂ ਨੇ। ਸੋ ਅੱਜ ਜਿਹੜਾ ਇਹ ਆਪਾਂ ਦੇਸੀ ਹਲਾਲ ਕੋਰਨਰ ਦੀ ਗੱਲ ਕਰ ਰਹੇ ਹਾਂ ਇਹਨਾਂ ਦਾ ਫੋਨ ਨੰਬਰ ਹੈਗਾ 484-466-2571 484-463-8944 ਅਤੇ ਐਡਰੈਸ ਹੈਗਾ ਵਾ 211 ਸਾਊਥ 69 ਸਟਰੀਟ ਅਪਰ ਡਰਬੀ। ਸੋ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਇਸ 'ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈਗਾ ਕਿ ਇਹ ਜਿਹੜਾ ਸਾਡਾ ਅਪਰ ਡਰਬੀ ਏਰੀਆ ਹੈਗਾ ਵਾ ਇਹ ਆਪਣੀ ਪਾਪੂਲੇਸ਼ਨ ਦੇ ਵਿੱਚ ਕਾਫ਼ੀ ਡਿਵੈਲਪ ਹੋ ਰਿਹਾ ਵਾ, ਹੋਰ ਵੀ ਬਹੁਤ ਸਾਰੇ ਨਵੇਂ ਨਵੇਂ ਬਿਜ਼ਨਸਿਸ ਉੱਥੇ ਆ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬਿਜ਼ਨਸਾਂ ਨਾਲ ਵੀ ਤੁਹਾਨੂੰ ਜਾਣੂ ਕਰਾਵਾਂਗੇ। ਅਤੇ ਪਾਪਾ ਜੀ ਸਾਡੇ ਗਏ ਸੀਗੇ ਉੱਥੇ ਅਤੇ ਪਾਪਾ ਜੀ ਨੇ ਹੋਰ ਦੂਜੇ ਸ਼ੈਫ ਨਾਲ ਕੀ ਗੱਲ ਕੀਤੀ ਆ ਅਤੇ ਹੋਰ ਕੀ ਕਵਰੇਜ ਕੀਤੀ ਆ, ਟੀਮ ਪਲੀਜ਼ ਪਾਪਾ ਜੀ ਨੂੰ ਫਿਰ ਲੈ ਆਓ ਇੱਕ ਵਾਰ।
ਆਪਾਂ ਹੁਣੇ ਜਿੱਦਾਂ ਵਿਜੇ ਹੁਣਾਂ ਨਾਲ ਗੱਲ ਕੀਤੀ ਹੈ, ਉਹ ਸਾਡੇ ਇੰਡੀਆ ਸਾਈਡ ਦੇ ਸ਼ੈਪ ਨੇ ਅਤੇ ਜਿਹੜੇ ਨਾਲ ਸਾਡੇ ਬੈਠੇ ਨੇ ਇਹ ਪਾਕਿਸਤਾਨ ਸਾਈਡ ਦੇ ਸ਼ੈਪ ਨੇ। ਇਹ ਇਹਨਾਂ ਨੇ ਜਿਹੜੀਆਂ ਡਿਸ਼ਾਂ ਜਿਹੜੀਆਂ ਵਾ ਉਹ ਪਾਕਿਸਤਾਨੀ ਡਿਸ਼ਾਂ ਜਿਹੜੀਆਂ ਨੇ ਬੜੀਆਂ ਲਾਹੌਰ ਦੀਆਂ ਨੇ, ਹੋਰ ਵੀ ਕਈ ਮਸ਼ਹੂਰ ਉਹ ਇਹ ਬਣਾਉਂਦੇ ਨੇ। ਮੁਹੰਮਦ ਅਸਲਮ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ, ਮੇਰਾ ਨਾਮ ਮੁਹੰਮਦ ਅਸਲਮ ਹੈ ਜੀ, ਮੈਂ ਪਾਕਿਸਤਾਨੀ ਸ਼ੈਫ ਹਾਂ ਲਾਹੌਰ ਤੋਂ। ਅਸੀਂ ਡਿਸ਼ਾਂ ਬਣਾਉਂਦੇ ਹਾਂ ਪਾਕਿਸਤਾਨੀ। ਇੱਥੇ ਹਲੀਮ ਹੁੰਦਾ ਸਾਡੇ ਕੋਲ ਚਿਕਨ ਦਾ, ਚਿਕਨ ਤੰਦੂਰੀ ਹੁੰਦਾ, ਪਾਇਆ ਹੁੰਦਾ ਗੋਟ ਦਾ ਹੁੰਦਾ, ਬੀਫ ਦਾ ਪਾਇਆ ਹੁੰਦਾ। ਫਿਰ ਸਾਡੇ ਕੋਲ ਚਿਕਨ ਕਬਾਬ ਹੁੰਦੇ ਆ, ਜੇ ਕੋਈ ਆਰਡਰ ਦੇਵੇ, ਕੋਈ ਵੱਡਾ ਆਰਡਰ ਹੋਵੇ ਤਾਂ ਅਸੀਂ ਲੈਮ ਕਬਾਬ ਵੀ ਦੇ ਦਿੰਦੇ ਹਾਂ, ਬੀਫ ਕਬਾਬ ਵੀ ਲਾ ਦਿੰਦੇ ਹਾਂ ਕੋਈ ਆਰਡਰ ਹੋਵੇ। ਵੈਸੇ ਆਮ ਸਾਡੇ ਕੋਲ ਰੋਜ਼ ਜਿਹੜੇ ਆ ਚਿਕਨ ਕਬਾਬ ਹੁੰਦੇ ਆ। ਅਤੇ ਹੁਣ ਤੁਸੀਂ ਮੈਨੂੰ ਕੀ ਕਿਹੜੀ ਡਿਸ਼ ਤੁਹਾਨੂੰ ਦਿਖਾਓਗੇ? ਹੁਣ ਹੁਣ ਤੁਹਾਨੂੰ ਅਸੀਂ ਤੰਦੂਰੀ ਚਿਕਨ ਦਿਖਾਉਂਦੇ ਹਾਂ, ਚਿਕਨ ਕਬਾਬ ਦਿਖਾਉਂਦੇ ਹਾਂ ਜੀ। ਲੈ ਆਓ ਜੀ। ਉਹ ਮੈਂ ਕਿਹਾ ਜੀ ਇਹ ਤਾਂ ਤੰਦੂਰੀ ਚਿਕਨ, ਤਾਂ ਮੈਨੂੰ ਅੰਮ੍ਰਿਤਸਰ ਯਾਦ ਆ ਗਿਆ, ਸਾਡੇ ਅੰਮ੍ਰਿਤਸਰ ਜਿਹੜਾ ਤੰਦੂਰੀ ਚਿਕਨ ਹੈ ਨਾ, ਅੰਮ੍ਰਿਤਸਰ ਕਹਿ ਦਿਉ ਲਾਹੌਰ ਕਹਿ ਦਿਉ ਤਾਂ ਇਹ ਗੱਲ ਇੱਕੋ ਹੀ ਆ। ਅਤੇ ਹੋਰ ਕਬਾਬ ਕਹਿ ਰਹੇ ਤੁਸੀਂ, ਕਬਾਬ ਬਹੁਤ ਸਾਡੇ ਕੋਲ ਮਜ਼ੇਦਾਰ ਹੁੰਦੇ ਆ। ਲਿਆ ਕਬਾਬ ਕਬਾਬ ਤੁਹਾਨੂੰ ਚੈੱਕ ਕਰਾਉਂਦੇ, ਕਬਾਬ ਖਾਓ ਇਨਸ਼ਾਅੱਲਾ ਟੇਸਟ ਆਊਗਾ ਤੁਹਾਨੂੰ। ਕਬਾਬ ਜਿਹੜੇ ਆਪਾਂ ਜਦੋਂ ਗੱਲ ਕਰਦੇ ਹਾਂ ਤੀ ਜਦੋਂ ਆਪਾਂ ਗੱਲ ਕਰਦੇ ਹਾਂ ਕਬਾਬ ਦੀ, ਅਤੇ ਉੱਥੇ ਆਪਾਂ ਗੱਲ ਆਉਂਦੀ ਆ ਜਦੋਂ ਅਸੀਂ ਕਬਾਬ ਜਿਹਨੂੰ ਕਹਿੰਦੇ ਆ, ਹੋਰ ਵੀ ਕਬਾਬ ਹੁੰਦੇ ਆ ਕਈ ਤਰੀਕੇ ਦੇ, ਪਰ ਇਹ ਮੈਂ ਇਹਨਾਂ ਦਾ ਖਾ ਕੇ ਵੇਖਿਆ, ਟੇਸਟ ਵੇਖਿਆ, ਬੜਾ ਸੋਹਣਾ ਟੇਸਟ ਇਹਦਾ। ਖਾਵਾਂਗੇ ਆਪਾਂ ਥੋੜ੍ਹੇ ਚਿਰ ਨੂੰ, ਪਰ ਪਹਿਲਾਂ ਆਪਾਂ ਦਿਖਾ ਦਈਏ ਸਾਰੀਆਂ ਆਈਟਮਾਂ, ਅਤੇ ਫਿਰ ਆਪਾਂ ਟੇਬਲ ਦੇ ਨਾਲ ਇੱਕ ਹੋਰ ਟੇਬਲ ਜੋੜ ਲੈਣਾ ਅਤੇ ਸਾਰਿਆਂ ਨੇ ਇਕੱਠਿਆਂ ਹੋ ਕੇ ਬਹਿ ਜਾਣਾ। ਤਾਂ ਹੋਰ ਆਪਾਂ ਪਾਕਿਸਤਾਨੀ ਹੋਰ ਕਿਹੜੀ ਡਿਸ਼ ਜਿਹੜੀ ਆਪੀ ਜਿਹੜੀ ਮਸ਼ਹੂਰ ਹੋਵੇ ਉਹ ਜ਼ਰੂਰ ਮੰਗਾਓ। ਹਾਂਜੀ, ਗੋਟ ਪਾਇਆ ਸਾਡੇ ਕੋਲ, ਫਿਰ ਸਾਡੇ ਕੋਲ ਹਲੀਮ ਆ, ਇੱਕ ਹਲੀਮ ਆ ਚਿਕਨ ਦੀ ਬਣੀ, ਬਹੁਤ ਬੈਸਟ ਆ, ਬਹੁਤ ਜੀਸ ਆ। ਅਲਹਮਦੁਲਿਲਾ ਸਾਡੇ ਕੋਲ ਗੋਸ਼ਤ ਜਿਹੜਾ ਓਨਲੀ ਹਲਾਲ ਚਿਕਨ ਹੁੰਦਾ, ਦੂਸਰੇ ਚਿਕਨ ਅਸੀਂ ਇਸਤੇਮਾਲ ਨਹੀਂ ਕਰਦੇ। ਗੋਟ ਆ ਉਹ ਵੀ ਹਲਾਲ ਇਸਤੇਮਾਲ ਕਰਦੇ ਹਾਂ, ਬੀਫ ਆ ਉਹ ਵੀ ਹਲਾਲ ਇਸਤੇਮਾਲ ਕਰਦੇ ਹਾਂ। ਆਪਾਂ ਜਿੱਦਾਂ ਗੱਲ ਕਰਨ ਡਏ ਹਾਂ ਆਪਣਾ ਮੁਹੰਮਦ ਅਸਲਮ ਹੁਣਾਂ ਨਾਲ, ਜਿਹੜੇ ਕਿ ਪਾਕਿਸਤਾਨ ਲਾਹੌਰ ਦੇ ਕੁੱਕ ਨੇ, ਅਤੇ ਉਹ ਜਿਹੜਾ ਉੱਥੋਂ ਦਾ ਜਿਹੜਾ ਖਾਣਾ, ਇੱਕ ਦੋ ਮੈਂ ਹੋਰ ਵੀ ਨਿਊਯਾਰਕ ਵੀ ਜਾਈਦਾ ਅਤੇ ਖਾਈਦਾ, ਅਤੇ ਉਹਨਾਂ ਦਾ ਜਿਹੜਾ ਵੱਖਰਾ ਹੀ ਟੇਸਟ ਆ। ਅਤੇ ਹੁਣ ਤੁਸੀਂ ਸਾਨੂੰ ਕਿਹੜੀ ਪਾਕਿਸਤਾਨੀ ਡਿਸ਼ ਦਿਖਾਓਗੇ? ਅਸੀਂ ਹੁਣ ਤੁਹਾਨੂੰ ਚਿਕਨ ਹਲੀਮ ਦਿਖਾਵਾਂਗੇ, ਫਿਰ ਦੂਸਰਾ ਬੀਫ ਦੀ ਨਿਹਾਰੀ ਹੈ ਸਾਡੇ ਕੋਲ, ਬਹੁਤ ਜ਼ਬਰਦਸਤ ਪੱਕੀ ਹੁੰਦੀ ਹੈ ਇਨਸ਼ਾਅੱਲਾ। ਹਲਾਲ ਮੀਟ ਦੀ ਨਿਹਾਰੀ ਆ, ਤੁਸੀਂ ਇੱਕ ਦਫ਼ਾ ਖਾਓਗੇ ਤੁਹਾਨੂੰ ਮਜ਼ਾ ਆ ਜਾਏਗਾ। ਖਾਓ, ਲਿਆਓ ਜੀ, ਲਿਆਓ ਜੀ। ਡਿਸ਼ਾਂ ਸਾਡੀਆਂ ਜਿਹੜੀਆਂ ਬਿਲਕੁਲ ਅਸੀਂ ਆਪ ਬਣਾਈਆਂ, ਜਿਸ ਤਰ੍ਹਾਂ ਕਿ ਲਾਹੌਰ ਦੇ ਖਾਣੇ ਆ, ਲਾਹੌਰ ਦੀਆਂ ਡਿਸ਼ਾਂ ਬਿਲਕੁਲ ਨਿਹਾਰੀ ਆ, ਹਲੀਮ ਆ ਬਿਲਕੁਲ ਲਾਹੌਰ ਦਾ, ਜਿਸ ਤਰ੍ਹਾਂ ਆਮ ਇੱਥੇ ਲਾਹੌਰ ਦਾ ਪੱਕਿਆ ਹੋਇਆ ਚਿਕਨ ਆ, ਹਲਾਲ ਮੀਟ ਆ ਬਿਲਕੁਲ। ਅਸਲਮ ਸਾਹਿਬ ਇਹ ਜਿਸ ਤਰ੍ਹਾਂ ਇਹ ਕੀ ਹੈ, ਇਹ ਕਿਹੜੀ ਡਿਸ਼ ਹੈਗੀ ਹੈ ਜੀ? ਚਿਕਨ ਹਲੀਮ। ਚਿਕਨ ਹਲੀਮ ਆ, ਅਤੇ ਇਹ ਆਪਣਾ ਆਹ ਜਿਹੜਾ ਵਾ ਇਹ ਬੀਫ ਨਿਹਾਰੀ, ਇਹ ਨਿਹਾਰੀ ਆ। ਇਹ ਪਾਕਿਸਤਾਨ ਦੀਆਂ ਡਿਸ਼ਾਂ ਨੇ, ਬੜੀਆਂ ਮਸ਼ਹੂਰ ਡਿਸ਼ਾਂ ਨੇ, ਅਸੀਂ ਟੀਵੀ 'ਤੇ ਦੇਖਦੇ ਰਹਿੰਦੇ ਹਾਂ। ਆ ਜਿਹੜੇ ਹਲੀਮ ਦੇ ਬਾਰੇ ਮੈਂ ਸੁਣਿਆ ਵਾ ਵੀ ਇਹ 'ਚ 12 ਮਸਾਲੇ ਪੈਂਦੇ ਆ। ਹਾਂਜੀ ਹਾਂਜੀ, ਹਲੀਮ ਸਾਡਾ ਬਹੁਤ ਟੇਸਟੀ ਹੁੰਦਾ, ਇੱਕ ਦਫ਼ਾ ਖਾਓਗੇ ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ। ਜੋ ਵੀ ਚੀਜ਼ ਸਾਡੇ ਕੋਲ ਲੈ ਜਾਓਗੇ, ਸਾਡੀ ਖੁਦ ਬਣੀ ਹੋਈ ਆ, ਰੈਡੀਮੇਡ ਕੋਈ ਚੀਜ਼ ਨਹੀਂ ਹੈ ਸਾਡੇ ਕੋਲ। ਅਲਹਮਦੁਲਿਲਾ ਅਸੀਂ ਹਰ ਚੀਜ਼ ਆਪ ਬਣਾਉਂਦੇ ਹਾਂ, ਅਸੀਂ ਕਿਸੇ ਦੀ ਬਣੀ ਹੋਈ ਚੀਜ਼ ਇਸਤੇਮਾਲ ਨਹੀਂ ਕਰਦੇ। ਆਪਾਂ ਜਿੱਦਾਂ ਗੱਲ ਕਰਨ ਡਏ ਹਾਂ ਮੁਹੰਮਦ ਅਸਲਮ ਹੁਣਾਂ ਨਾਲ, ਜਿਹੜੇ ਕਿ ਪਾਕਿਸਤਾਨ ਦੇ ਲਾਹੌਰ ਦੇ ਕੁੱਕ ਨੇ, ਅਤੇ ਅਸਲਮ ਸਾਹਿਬ ਹੋਰ ਤੁਹਾਨੂੰ ਕਿਹੜੀ ਆਈਟਮ ਤੁਸੀਂ ਦਿਖਾ ਰਹੇ ਹੋ? ਹਾਂਜੀ, ਹੁਣ ਅਸੀਂ ਤੁਹਾਨੂੰ ਫਰਾਈ ਫਿਸ਼ ਦਿਖਾਉਂਦੇ ਹਾਂ, ਆਓ ਖਾ ਕੇ ਦੇਖੋ ਮਜ਼ੇ, ਦੇਖੋ ਮਜ਼ੇਦਾਰ ਫਿਸ਼, ਲਾਹੌਰੀ ਫਿਸ਼ ਬਿਲਕੁਲ। ਹਾਂਜੀ, ਲੈ ਆਓ ਜੀ, ਲੈ ਆਓ। ਮੱਛੀ ਤਾਂ ਸਾਡੇ ਉੱਥੇ ਵੀ ਹਰੀ ਕੇ ਪੱਤਣ, ਉੱਥੇ ਸਾਡੇ ਅੰਮ੍ਰਿਤਸਰ ਲਾਗੇ ਬੜੀ ਮੱਛੀ, ਉੱਥੇ ਵਾਹ ਜੀ ਵਾਹ ਵੱਡੇ ਵੱਡੇ ਪੀਸ ਨੇ ਜੀ। ਇਹ ਕੋਈ ਸਪੈਸ਼ਲ ਮੱਛੀ ਆ, ਇਹਦਾ ਨਾਂ ਕੀ ਆ? ਨਾਂ ਹੈਗਾ ਸੀਬਾਸ ਆ ਬਿਲਕੁਲ। ਅਸੀਂ ਇੱਕ ਵਾਰੀ ਇਹਨੂੰ ਫਰਾਈ ਕਰਕੇ ਰੱਖਿਆ ਹੁੰਦਾ, ਹਾਫ ਫਰਾਈ ਕੀਤੀ ਹੁੰਦੀ ਹੈ, ਫਿਰ ਦੁਬਾਰਾ ਕਸਟਮਰ ਨੂੰ ਜਦੋਂ ਦੇਈ ਦੀ ਆ ਫਿਰ ਫਰਾਈ ਕਰਕੇ ਦੇਈ ਦੀ ਦੁਬਾਰਾ, ਬਹੁਤ ਮਜ਼ੇਦਾਰ ਫਿਸ਼ ਆ। ਇਹ ਜਿੱਦਾਂ ਇੱਕ ਕਹਿੰਦੇ ਹੁੰਦੇ ਲਾਹੌਰੀ ਫਿਸ਼, ਇਹ ਉਹ ਆ? ਬਿਲਕੁਲ ਜੀ, ਲਾਹੌਰੀ ਫਿਸ਼ ਆ, ਸੀਬਾਸ ਇਹਦਾ ਨਾਂ ਵਾ, ਅਤੇ ਕੰਡਾ ਨਹੀਂ ਇਹਦੇ 'ਚ ਹੁੰਦਾ। ਮੈਂ ਕਿਹਾ ਜੀ ਅਸਲਮ ਸਾਹਿਬ ਆਪਾਂ ਮੱਛੀ ਵੀ ਖਾ ਲਈ, ਖਰੋੜੇ ਵੀ ਖਾ ਲਏ, ਹਲੀਮ ਵੀ ਖਾ ਲਿਆ, ਕਬਾਬ ਵੀ ਖਾ ਲਏ, ਅਤੇ ਹੁਣ ਤਾਂ ਮਿੱਠਾ ਹੋ ਜਾਵੇ। ਮਿੱਠੇ 'ਚ ਤੁਹਾਡੇ ਕੋਲ ਕੀ ਹੈਗਾ? ਸਾਡੇ ਕੋਲ ਖੀਰ ਆ ਅਤੇ ਬਦਾਮ ਮਿਲੇਗਾ। ਹਾਂਜੀ, ਲੈ ਆਓ ਜੀ, ਲੈ ਆਓ। ਵਾਹ ਜੀ ਵਾਹ, ਆਹ ਕਿਆ ਬਾਤ ਹੈ, ਕਿਆ ਖੀਰ ਹੈ। ਖੀਰ ਵੇਖੋ ਜੀ, ਬਦਾਮਾਂ ਪਿਸਤਿਆਂ ਵਾਲੀ ਖੀਰ ਹੈ ਜੀ, ਅਤੇ ਇਹ ਮਿਲਕ ਬਦਾਮ ਜਿਹੜਾ ਵਾ ਇਹ ਵੀ ਬਹੁਤ ਘੱਟ ਮਿਲਦਾ ਵਾ, ਮੈਂ ਪਹਿਲੀ ਵਾਰ ਅਪਰ ਡਾਰਬੀ ਦੇ ਵਿੱਚ ਵੇਖਿਆ। ਇਹਦੀ ਕੀ ਸਪੈਸ਼ਲੀ ਆ?
ये फ्रैश दुध हुंदा जी, इहदे च बदाम ते पिस्ता पा के असीं इहनूं आप बणाईदा, बहुत मज़ेदार हुंदा है। तो खीर जड़ी है बिल्कुल लाहौरी खीर आ, एक बार खा चेक करोगे तो इंशाल्लाह मज़ा आएगा तुहानूं जी। बड़ी मेहरबानी है जी, बहुत बहुत मेहरबानी। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਹਾਂ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕੋਈ ਤੁਹਾਡਾ ਈਵੈਂਟ ਹੋਵੇ ਜਾਂ ਤੁਸੀਂ ਕਿਸੇ ਵੀ ਤਰੀਕੇ ਦੀ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸਾਡੇ ਨਾਲ ਸੰਪਰਕ ਕਰੋਗੇ ਤੇ ਅਸੀਂ ਤੁਹਾਡੇ ਮਸਲੇ ਦਾ ਹੱਲ ਕੱਢਾਂਗੇ। ਸਾਡੇ ਕੋਲ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਅਫੋਰਡੇਬਲ ਪੈਕੇਜਸ ਹੈਗੇ ਨੇ, ਤੇ ਜਿੰਨਾ ਚਿਰ ਆਪਾਂ ਗੱਲ ਨਹੀਂ ਕਰਦੇ ਆ, ਜਿੰਨਾ ਚਿਰ ਆਪਾਂ ਕਿਤੇ ਜਾਵਾਂਗੇ ਨਹੀਂ, ਜਿਸ ਤਰ੍ਹਾਂ ਕਿ ਇੱਕ ਸਿੰਪਲ ਜੀ ਗੱਲ ਹੈਗੀ ਆ, ਜੇ ਆਪਾਂ ਕੋਈ ਚੀਜ਼ ਬਾਏ ਕਰਨੀ ਆ, ਕੋਈ ਚੀਜ਼ ਆਪਾਂ ਦਿਖਾਉਣੀ ਆ, ਤੇ ਸਾਨੂੰ ਸਟੋਰ ਤੱਕ ਚੱਲ ਕੇ ਜਾਣਾ ਪਏਗਾ। ਸਟੋਰ ਤੱਕ ਜਾ ਕੇ ਆਪਾਂ ਜਦੋਂ ਬਾਹਰੋਂ ਦੇਖਦੇ ਹਾਂ ਤੇ ਉਹਨੂੰ ਵਿੰਡੋ ਸ਼ਾਪਿੰਗ ਕਹਿੰਦੇ ਆ, ਤੇ ਜਦੋਂ ਆਪਾਂ ਅੰਦਰ ਜਾ ਕੇ ਦੁਕਾਨਦਾਰ ਦੇ ਨਾਲ ਜਾਂ ਸੇਲਸਮੈਨ ਦੇ ਨਾਲ ਗੱਲ ਕਰਦੇ ਹਾਂ ਤੇ ਉਹਨੂੰ ਰੀਅਲ ਸ਼ਾਪਿੰਗ ਕਰਦੇ ਆ ਕਹਿੰਦੇ ਆ। ਸੋ ਰੀਅਲ ਸ਼ਾਪਿੰਗ ਕਰੋ, ਸਾਡੇ ਨਾਲ ਗੱਲਬਾਤ ਕਰੋ, ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਸੀਂ ਤੁਹਾਡੇ ਬਿਜ਼ਨਸ ਨੂੰ ਜ਼ਰੂਰ ਪ੍ਰਮੋਟ ਕਰਾਂਗੇ। ਜਿੱਥੇ ਤੁਸੀਂ ਅੱਜ ਸਾਡਾ ਇਹ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ ਦੇਸੀ ਕਬਾਬ ਕਾਰਨਰ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਅਸੀਂ, ਤੇ ਉਸ ਬਿਜ਼ਨਸ ਨੂੰ ਪ੍ਰਮੋਟ ਕੀਤਾ, ਤੁਸੀਂ ਵੀ ਆਪਣੇ ਬਿਜ਼ਨਸ ਪ੍ਰਮੋਟ ਕਰ ਸਕਦੇ ਹੋ। ਤੇ ਉਸ ਦੇ ਨਾਲ ਹੀ ਜਿੱਥੇ ਅਸੀਂ ਕਾਰੋਬਾਰ ਪੰਜਾਬੀਆਂ ਦੇ ਵਿੱਚ ਕਮਰਸ਼ੀਅਲ ਹੁੰਦੇ ਆ, ਉੱਥੇ ਹੀ ਚੱਲ ਰਹੇ ਜਿਹੜੇ ਹਾਲਾਤ ਨੇ, ਕੋਈ ਵੀ ਚੀਜ਼ ਹੈਗੀ ਆ ਉਸ ਦੇ ਬਾਰੇ ਜਿੰਨੀ ਵੱਧ ਤੋਂ ਵੱਧ ਅਸੀਂ ਅਵੇਅਰਨੈਸ ਜਾਂ ਜਾਣਕਾਰੀ ਦੇ ਸਕੀਏ, ਸਾਡੀ ਇਹ ਪਹਿਲੀ ਕੋਸ਼ਿਸ਼ ਹੁੰਦੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਜਿਹੜਾ ਨੈਕਸਟ 2 ਸੈਗਮੈਂਟਸ ਨੇ, ਇਸ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ COVID-19 ਦਾ ਜਿਹੜਾ ਦੂਜੀ ਵੇਵ ਹੈਗੀ ਆ, ਉਸ ਦੀ ਬੜੀ ਹੀ ਜ਼ਿਆਦਾ ਇਸ ਟਾਈਮ ਦੇ ਉੱਪਰ ਮਾਰ ਹੈ। ਈਵਨ ਕਿ ਜਦੋਂ ਪਹਿਲੀ ਵੇਵ ਸੀਗੀ ਉਸ ਦੇ ਵਿੱਚ, ਮੈਂ ਵੀ ਮੇਰੀ ਜਾਣਕਾਰੀ ਜਿੱਥੇ ਤੱਕ ਹੈਗੀ ਆ, ਤੁਹਾਡੀ ਵੀ ਹੋਏਗੀ, ਸਾਨੂੰ ਕਦੀ ਵੀ ਨਹੀਂ ਸੀ ਸੁਣਨ ਨੂੰ ਮਿਲਿਆ ਕਿ ਹਰ ਕੋਈ ਇਹੋ ਕਹਿੰਦਾ ਹੁੰਦਾ ਸੀਗਾ ਕਿ ਸਾਡੀ ਜਾਣ ਪਛਾਣ ਦੇ ਵਿੱਚ ਤੇ ਨਹੀਂ ਕਿਸੇ ਨੂੰ ਹੋਇਆ ਜਾਂ ਸਾਡੀ ਜਾਣ ਪਛਾਣ ਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਰ ਹਾਂ ਦਰਸ਼ਕੋ, ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਵਾਰੀ ਪਿਛਲੇ 3 ਦਿਨਾਂ ਦੇ ਵਿੱਚ ਸਾਡੀ ਜਾਣ ਪਛਾਣ ਦੇ ਵਿੱਚ ਤਿੰਨ ਪਰਸਨ ਦੀ ਮੌਤ ਹੋਈ ਆ ਕੋਵਿਡ ਦੇ ਨਾਲ, ਜਿਨ੍ਹਾਂ ਦੀ ਏਜ ਬਿਟਵੀਨ 55-65 ਸੀਗੀ। ਤੇ ਇੱਕਦਮ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਵਾ ਕਿ ਆਕਸੀਜਨ ਨਹੀਂ ਮਿਲ ਰਹੀ ਆ ਜਾਂ ਕੁਛ ਵੀ, ਤੇ ਅਸੀਂ ਸਾਡੇ ਨਾਲ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ, ਉਹ ਤੁਹਾਨੂੰ ਕੁਛ ਜਿਹੜੇ ਕਿ ਤੁਸੀਂ ਘਰੋਂ ਰਹਿ ਕੇ, ਕਿਉਂਕਿ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ 3 ਪਰਸਨ, ਇਹਨਾਂ ਦੇ ਵਿੱਚੋਂ ਇੱਕ ਹੋਸਪਿਟਲ ਗਏ ਸੀ ਤੇ 2 ਜਿਹੜੇ ਸੀਗੇ ਉਹ ਹੋਸਪਿਟਲ ਜਾਣ ਤੋਂ ਡਰਦੇ ਸੀਗੇ ਕਿ ਅਸੀਂ ਹੋਸਪਿਟਲ ਨਹੀਂ ਜਾਣਾ, ਤੇ ਉਹ ਓਵਰਨਾਈਟ ਉਹਨਾਂ ਨੂੰ ਬਰੀਥਿੰਗ ਪ੍ਰੋਬਲਮ ਆਈ ਤੇ ਦੇ ਆਰ ਗੋਨ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਮਹਿਮਾਨ ਨੇ, ਪ੍ਰੋਫੈਸਰ ਰਵੀ ਕਹਿ ਦਿਓ, ਡਾਕਟਰ ਰਵੀ ਕਹਿ ਦਿਓ, ਉਹ ਤੁਹਾਨੂੰ ਘਰ ਰਹਿ ਕੇ ਆਪਾਂ ਇਸ ਦਾ ਕਿਸ ਤਰ੍ਹਾਂ ਇਲਾਜ ਕਰ ਸਕਦੇ ਹਾਂ, ਘਰ ਰਹਿ ਕੇ ਆਪਾਂ ਇਹਨੂੰ ਕਿੱਦਾਂ ਟ੍ਰੀਟ ਕਰ ਸਕਦੇ ਹਾਂ, ਤੇ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਹੈਗਾ ਵਾ, ਕਿਉਂਕਿ ਇੱਥੇ ਤੇ ਸਾਡੇ ਕੋਲ ਫੈਮਿਲੀ ਡਾਕਟਰ ਹੁੰਦੇ ਨੇ, ਕਾਲ ਕਰਦੇ ਹਾਂ ਉਹਨਾਂ ਨਾਲ ਸੰਪਰਕ ਹੋ ਜਾਂਦਾ ਆ, ਪਰ ਇੰਡੀਆ ਦੇ ਵਿੱਚ ਵੀ ਮੈਨੂੰ ਪਤਾ ਹੈ ਹੋਣਗੇ ਜ਼ਰੂਰ। ਸੋ ਸਵਾਗਤ ਕਰਦੇ ਹਾਂ ਆਪਾਂ ਪ੍ਰੋਫੈਸਰ ਰਵੀ ਜੀ ਹੁਣਾਂ ਦਾ। ਪ੍ਰੋਫੈਸਰ ਰਵੀ ਜੀ, ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਾਡਾ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਹਾਂਜੀ, ਮੇਰੇ ਵੱਲੋਂ ਵੀ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਸ ਤਰ੍ਹਾਂ ਬਾਠ ਸਾਹਿਬ ਤੁਸੀਂ ਦੱਸਿਆ ਕਿ ਇਸ ਵਾਰ ਜਿਹੜੀ ਇਹ ਸੈਕੰਡ ਵੇਵ ਹੈ ਜਾਂ ਨਿਊ ਸਟ੍ਰੇਨ ਕਹਿ ਰਹੇ ਹਾਂ ਅਸੀਂ ਕਿ ਨਵਾਂ ਸਟ੍ਰੇਨ ਆ ਜਾਂ ਮਿਊਟੇਸ਼ਨ ਹੋ ਗਈ ਆ ਵਾਇਰਸ ਦੀ, ਵੀ ਵਾਇਰਸ ਆਪਣੇ ਨੇ ਇੰਨਾ ਸਟਰੋਂਗ ਕਰ ਲਿਆ, ਰੀਅਲ ਦੇ ਵਿੱਚ ਅਸੀਂ ਵੀ ਫੀਲ ਕਰ ਰਹੇ ਹਾਂ, ਆਮ ਪਬਲਿਕ ਫੀਲ ਕਰ ਰਹੀ ਆ। ਕੁਛ ਇੱਕ ਦਿਨ ਤੋਂ ਲੋਕ ਬੜੇ ਸੀਰੀਅਸਲੀ ਲੈ ਰਹੇ ਨੇ, ਜਿਵੇਂ ਪਹਿਲਾਂ ਮਾਸਕ ਨਹੀਂ ਸੀ ਪਾ ਰਹੇ, ਹੁਣ ਰੋਡ ਦੇ ਉੱਪਰ ਤਕਰੀਬਨ ਹਰ ਇੱਕ ਨੇ ਮਾਸਕ ਪਾਇਆ ਹੋਇਆ। ਤੇ ਇਸ ਤੋਂ ਇਲਾਵਾ ਜੋ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਨੇ ਪੰਜਾਬ ਦੇ ਵਿੱਚ, ਹਾਂਜੀ, ਉਹ ਸਾਰੀਆਂ ਹੁੰਦੀਆਂ ਨੇ, 6 ਵਜੇ ਸ਼ਾਮ ਨੂੰ ਕਰਫਿਊ ਆ, ਤੇ ਲੋਕ ਬੜਾ ਇਸ ਵਾਰ ਪਾਲਣਾ ਕਰ ਰਹੇ ਨੇ 5 ਵਜੇ। ਕੱਲ੍ਹ ਤੋਂ ਹੀ ਨਿਊ ਗਾਈਡਲਾਈਨਸ ਆਈਆਂ ਨੇ 27 ਤੋਂ, ਤਾਂ ਸ਼ੋਪ ਸਾਰੀਆਂ ਕੱਲ੍ਹ ਵੀ ਅੱਜ ਵੀ ਮੈਂ ਦੇਖਿਆ ਕਿ 5 ਵਜੇ ਕਲੋਜ਼ ਸੀਗੀਆਂ ਹੋ ਗਈਆਂ। ਤਾਂ ਇਸ ਵੇਵ ਦੇ ਵਿੱਚ ਮੇਰੇ ਖੁਦ ਜਾਣਕਾਰ ਕੁਛ ਇੱਕ 2-3 ਕੇਸ ਨੇ ਜਿਹੜੇ ਐਡਮਿਟ ਨੇ, ਵੈਂਟੀਲੇਟਰ ਦੇ ਉੱਪਰ ਨੇ। ਮੇਰੇ ਇਨਲੋਸ ਵਾਲੀ ਸਾਈਡ ਤੋਂ ਇੱਕ 35 ਈਅਰਸ ਓਲਡ ਪਰਸਨ ਹੈਗਾ, ਬੜਾ ਯੰਗ ਏਜ ਦਾ, ਉਹ ਫੋਰ ਦਾ ਲਾਸਟ 20 ਡੇਜ਼ ਵੈਂਟੀਲੇਟਰ ਦੇ ਉੱਪਰ ਆ, ਤੇ ਡੈਥ ਵੀ ਹੋਈਆਂ ਨੇ ਸਾਡੇ ਏਰੀਆਜ਼ ਦੇ ਵਿੱਚ।
ਵੀ ਜੋ ਤੁਸੀਂ ਪਹਿਲਾਂ ਕਿਹਾ ਉਹ ਬਿਲਕੁਲ ਸੱਚ ਆ ਕਿ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਅੱਜ ਤੋਂ 6 ਮਹੀਨੇ ਪਹਿਲਾਂ ਇਹ ਸੀ ਕਿ ਕਰੋਨਾ ਨਹੀਂ ਹੈ। ਕੁਛ ਲੋਕ ਇੱਥੋਂ ਤੱਕ ਵੀ ਕਹਿੰਦੇ ਸੀ ਕਿ ਅਸੀਂ ਮੰਨਦੇ ਨਹੀਂ, ਅਸੀਂ ਪੇਸ਼ੈਂਟ ਨੂੰ ਜੱਫੀ ਪਾ ਕੇ ਮਿਲਣ ਨੂੰ ਤਿਆਰ ਹਾਂ, ਬਟ ਹੁਣ ਜਦੋਂ ਕਲੋਜ਼ ਪਰਸਨਸ ਦੀਆਂ ਜਾਂ ਤੁਹਾਡੇ ਨੇੜੇ ਰਹਿ ਰਹੇ ਲੋਕਾਂ ਦੀਆਂ ਹਾਲਾਤ ਜਿਹੜੇ ਨੇ, ਆਕਸੀਜਨ ਦੇ ਕਾਰਨ ਆਕਸੀਜਨ ਘੱਟ ਜਾਂਦੀ ਹੈਗੀ ਆ, ਜਿਵੇਂ 99 ਹੋਣੀ ਚਾਹੀਦੀ ਆ, ਕਈਆਂ ਦੀ ਆਕਸੀਜਨ 70 ਰਹਿ ਜਾਂਦੀ ਆ, ਬਿਲੋ 90 ਹੋ ਜਾਂਦੀ ਆ, ਤਾਂ ਉਸ ਚੀਜ਼ ਨਾਲ ਲੋਕ ਹੁਣ ਮੰਨਦੇ ਨੇ ਕਿ ਕਰੋਨਾ ਹੈ ਔਰ ਇਹ ਬੜੀ ਖਤਰਨਾਕ ਬਿਮਾਰੀ ਆ। ਔਰ ਇਸ ਵਾਰ ਜਿਹੜਾ ਸੈਕਿੰਡ ਸਟ੍ਰੇਨ ਆ, ਕਿਉਂਕਿ ਗਵਰਨਮੈਂਟ ਆਫਿਸ਼ਲਸ ਨਾਲ ਵੀ ਸਾਡੀ ਰੋਜ਼ ਦੀ ਤਰ੍ਹਾਂ ਗੱਲ ਹੁੰਦੀ ਆ, ਹੈਲਥ ਡਿਪਾਰਟਮੈਂਟ ਹੋਏ ਚਾਹੇ ਐਡਮਿਨਿਸਟ੍ਰੇਸ਼ਨ, ਤਾਂ ਉਹ ਕਹਿ ਰਹੇ ਨੇ ਕਿ ਵੀ ਇਸ ਵਾਰ ਆਕਸੀਜਨ ਦੀ ਕਮੀ, ਜਿਹੜਾ ਪਹਿਲਾਂ ਕਰੋਨਾ ਦਾ ਸਟ੍ਰੇਨ ਸੀ ਉਦੋਂ ਇੰਨੀ ਆਕਸੀਜਨ ਦੀ ਪ੍ਰੋਬਲਮ ਨਹੀਂ ਸੀ ਆ ਰਹੀ ਪੇਸ਼ੈਂਟਸ ਨੂੰ ਜਿੰਨੀ ਇਸ ਵਾਰ ਆ ਰਹੀ ਆ। ਇਹ ਬੜੀ ਨਿਊ ਗੱਲ ਹੈਗੀ ਆ, ਇਹਨੂੰ ਤੁਸੀਂ ਪੰਜਾਬੀ 'ਚ ਕਹਿ ਲਓ ਵਾਇਰਸ ਸਟਰੋਂਗ ਹੋ ਗਿਆ ਜਾਂ ਉਹਦੀ ਮਿਊਟੇਸ਼ਨ ਇੱਦਾਂ ਦੀ ਹੋ ਗਈ ਕਿ ਆਕਸੀਜਨ ਦੀ ਰੀਅਲ ਦੇ ਵਿੱਚ ਕਮੀ ਆ ਰਹੀ ਆ। ਪਹਿਲਾਂ ਇਹ ਪਿਛਲੇ ਸਾਲ ਇੰਨੀ ਕਮੀ ਨਹੀਂ ਸੀ, ਉਦੋਂ ਟੈਂਪਰੇਚਰ ਹੁੰਦਾ ਸੀ ਜਾਂ ਲੰਗਸ ਦੀ ਪ੍ਰੋਬਲਮ ਇੰਨੀ ਸੀਰੀਅਸ ਨਹੀਂ ਸੀ ਹੁੰਦੀ ਜੀ। ਇਸ ਨੂੰ ਆਪਾਂ ਕਿਤੇ ਇਹ ਤੇ ਨਹੀਂ ਕਹਿ ਸਕਦੇ ਕਿ ਇਹ ਪੋਲਿਊਸ਼ਨ ਦੁਬਾਰਾ ਵੱਧ ਗਿਆ ਜਾਂ ਫਿਰ ਟੈਂਪ ਜਿੱਦਾਂ ਕਿ ਵੈਦਰ ਜਿਹੜਾ ਹੈਗਾ ਗਰਮੀ, ਆਈ ਡੋਨਟ ਨੋ ਕਿ ਕਿੰਨੀ ਇਸ ਟਾਈਮ ਅੱਜ ਜਿਸ ਤਰ੍ਹਾਂ ਜਿੱਥੇ ਅਸੀਂ ਰਹਿੰਦੇ ਹਾਂ ਸਾਡੇ ਇੱਥੇ ਅੱਜ ਲਾਈਕ 80 ਡਿਗਰੀ ਦੇ ਲਾਗੇ ਹੈਗਾ ਵਾ ਫਾਰਨਹਾਈਟ, ਸਾਡੇ ਇੱਥੇ ਹੁੰਦਾ ਵਾ ਇੰਡੀਆ ਦੇ ਵਿੱਚ ਡਿਗਰੀ ਸੈਲਸੀਅਸ ਦੇ ਵਿੱਚ ਕਹਿੰਦੇ ਆ, ਤਾਂ ਇਸ ਦੀ ਉਹ ਕਿਤੇ ਨਾ ਕਿਤੇ ਉਸਦੀ ਹੈਗੀ ਆ। ਅਤੇ ਉਹਦੇ ਨਾਲ ਇਹ ਵੀ ਜ਼ਰੂਰ ਦਿਓ ਜਾਣਕਾਰੀ ਕਿ ਜਦੋਂ ਆਕਸੀਜਨ ਦੀ ਆਪਾਂ ਜਿੱਦਾਂ ਸੁਣਦੇ ਹਾਂ ਰੋਜ਼ ਆਕਸੀਜਨ ਦੀ ਕਮੀ ਹੁੰਦੀ ਆ, ਜਿਸਦਾ ਇੱਕ ਰੀਜ਼ਨ ਹੈ ਕਿ ਕਫ ਦਾ ਹੋਣਾ ਤੁਹਾਡੇ ਲੰਗਸ ਦੇ ਵਿੱਚ ਜਮ੍ਹਾਂ ਹੋ ਜਾਣਾ ਕਫ ਜਾਂ ਚੈਸਟ ਦੇ ਵਿੱਚ ਜਾਂ ਗਲੇ ਦੇ ਵਿੱਚ, ਅਤੇ ਉਸਦੇ ਬਾਰੇ ਇੱਕ ਰਿਲੀਫ ਲੈਣ ਵਾਸਤੇ ਜਿਸ ਤਰ੍ਹਾਂ ਗਰਾਰੇ ਜਾਂ ਹੋਰ ਕਈ ਚੀਜ਼ਾਂ ਨੇ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਜਿਹੜੀਆਂ ਇਸ ਦੀਆਂ ਵਾਇਰਸ ਕਿੱਦਾਂ ਇਫੈਕਟ ਕਰਦਾ, ਕਿੰਨੇ ਦਿਨ ਤੱਕ ਸਾਡੇ ਗਲੇ ਵਿੱਚ ਰਹਿੰਦਾ, ਉਹ ਇੰਸਟਰਕਸ਼ਨਸ ਹੈਲਥ ਡਿਪਾਰਟਮੈਂਟ ਦੀਆਂ ਅਜੇ ਵੀ ਉਹੀ ਸੇਮ ਨੇ ਕਿ ਅਪਰੋਕਸੀਮੇਟਲੀ ਉਹ ਕਹਿੰਦੇ ਨੇ ਵੀ 2 ਤੋਂ 3 ਦਿਨ ਤੱਕ ਕਈ ਵਾਰ ਇਹ ਜਿਹੜਾ ਵਾਇਰਸ ਹੈਗਾ ਤੁਹਾਡੇ ਲੰਗਸ ਵਿੱਚ ਨਹੀਂ ਆਉਂਦਾ, ਜਾਂ ਜਦੋਂ ਤੁਸੀਂ ਮੰਨ ਲਓ ਕਿਸੇ ਪਰਸਨ ਦੇ ਕੰਟੈਕਟ 'ਚ ਆਉਂਦੇ ਹੋ, ਸਾਨੂੰ ਨਹੀਂ ਪਤਾ ਹੁੰਦਾ ਕਿਉਂਕਿ ਇਹ ਸਿਮਟੋਮੈਟਿਕ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਿਮਟਮ ਨਹੀਂ ਆਏ ਹੁੰਦੇ ਤੇ ਸਾਨੂੰ ਪਤਾ ਨਹੀਂ ਹੁੰਦਾ, ਉਹਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਕਰੋਨਾ ਪੋਜ਼ਿਟਿਵ ਆ। ਤਾਂ ਜੇਕਰ ਮੰਨ ਕੇ ਚੱਲੋ ਕਿ ਮੈਂ ਮਾਰਕੀਟ 'ਚ ਆ ਕੇ ਆਇਆ ਜਾਂ ਅਨਅਵੋਇਡੇਬਲ ਸਰਕਮਸਟੈਂਸਸ ਸੀਗੇ ਕਿ ਮੈਨੂੰ ਬਾਹਰ ਜਾਣਾ ਪਿਆ, ਕਈ ਵਾਰ ਕੀ ਹੁੰਦਾ ਕਿ ਘਰ ਦੇ ਵਿੱਚ ਕੋਈ ਬਿਮਾਰ ਆ ਤਾਂ ਤੁਹਾਨੂੰ ਡਾਕਟਰ ਕੋਲ ਜਾਣਾ ਪੈਂਦਾ, ਹੋਸਪਿਟਲ ਜਾਣਾ ਪੈ ਸਕਦਾ, ਐਮਰਜੈਂਸੀ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਤਾਂ ਇਸ ਦਾ ਬੈਟਰ ਵੇ ਜਿਹੜਾ ਹੈ ਸਟਾਰਟਿੰਗ ਦੇ ਵਿੱਚ ਕੀ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਗਰਮ ਲਿਕੁਇਡ ਜਿਸ ਤਰ੍ਹਾਂ ਪੰਜਾਬੀ ਚਾਹ ਵੀ ਪੀਂਦੇ ਆ ਜਾਂ ਸਾਡੇ ਪਿਛਲੇ ਸਮੇਂ ਦੌਰਾਨ ਅਸੀਂ ਨਹੀਂ ਸੀ ਇੰਨੀ ਚੀਜ਼ ਉਸਨੂੰ ਯੂਜ਼ ਕਰਦੇ, ਕਾੜੇ ਵੀ ਜਿਹਦੇ ਵਿੱਚ ਦਾਲਚੀਨੀ ਹੋਈ, ਲੌਂਗ ਹੋਏ, ਇਲਾਇਚੀ ਹੋਈ, ਇਹਨਾਂ ਨੂੰ ਮਿਕਸਚਰ ਕਰਕੇ ਵਿੱਚ ਹਲਦੀ ਹੋਈ, ਲੋਕਾਂ ਨੇ ਉਹ ਸਟਾਰਟ ਕਰ ਲਏ ਸੀ ਪੀਣੇ ਕਾੜੇ। ਤਾਂ ਬੇਸਿਕਲੀ ਇਹਦਾ ਕੀ ਹੈ ਕਿ ਵਾਇਰਸ ਜਦੋਂ ਗਰਮ ਲਿਕੁਇਡ ਜਾਂਦਾ ਹੈਗਾ ਤਾਂ ਗਲੇ ਦੇ ਵਿੱਚ ਜਿਹੜਾ ਵਾਇਰਸ ਹੈ ਉਹਦੀ ਉਹ ਕਹਿੰਦੇ ਨੇ ਕਿ ਪੇਟ ਦੇ ਵਿੱਚ ਚੱਲ ਜੇ, ਪੇਟ ਦੇ ਵਿੱਚ ਜਿਹੜੇ ਸਾਡੇ ਐਸਿਡਸ ਨੇ ਉਹ ਇੰਨੇ ਤੇਜ਼ ਨੇ ਕਿ ਵਾਇਰਸ ਉਹਦੇ ਨਾਲ ਮਰ ਜਾਂਦਾ ਹੈਗਾ, ਕਿਉਂਕਿ ਜੇਕਰ ਵਾਇਰਸ ਜਿਹੜਾ ਹੈ ਗਲੇ ਤੋਂ ਲੰਗਸ ਦੇ ਵਿੱਚ ਆਉਂਦਾ ਹੈਗਾ ਤਾਂ ਉਹ ਜ਼ਿਆਦਾ ਖਤਰਨਾਕ ਆ। ਜਿਹੜੀ ਸਭ ਤੋਂ ਵੱਡੀ ਖਤਰਨਾਕ ਗੱਲ ਆ ਜਦੋਂ ਗਰਾਰਿਆਂ ਦੀ ਗੱਲ ਕਰਦੇ ਹਾਂ ਜਾਂ ਸਟੀਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਬਾਰੇ ਅਸੀਂ ਇਹ ਕਹਿੰਦੇ ਹਾਂ ਕਿ ਸ਼ਾਮ ਨੂੰ ਜਦੋਂ ਤੁਸੀਂ ਘਰ ਆਉਂਦੇ ਹੋ, ਇੱਕ ਵਾਰ ਜਦੋਂ ਖਾਣਾ ਖਾ ਲਿਆ, ਜਦੋਂ ਤੁਸੀਂ ਸੌਣਾ, ਤਾਂ 5 ਕੁ ਮਿੰਟ ਦਾ ਟਾਈਮ ਲੱਗਦਾ ਕਿ ਇੱਕ ਵਾਰ ਥੋੜ੍ਹੀ ਜਿਹੀ ਹਲਦੀ ਪਾ ਕੇ ਥੋੜ੍ਹਾ ਜਿਹਾ ਸੇਂਦਾ ਨਮਕ, ਜੇ ਸੇਂਦਾ ਨਮਕ ਨਹੀਂ ਹੈਗਾ, ਸੇਂਦਾ ਨਮਕ ਵਨ ਆਫ ਦਾ ਬੈਸਟ ਹੈਗਾ, ਤਾਂ ਜਿਹੜਾ ਤੁਹਾਡੇ ਕੋਲ ਘਰ ਦੇ ਵਿੱਚ ਸਾਲਟ ਅਵੇਲੇਬਲ ਹੈਗਾ ਤਾਂ ਉਹਦੇ ਗਰਮ ਪਾਣੀ। ਡਾਕਟਰ ਸਾਹਿਬ, ਸੇਂਦਾ ਨਮਕ ਹੁਣ ਸਾਡੇ ਦਰਸ਼ਕਾਂ ਨੂੰ ਕਈਆਂ ਨੂੰ ਪਤਾ ਵੀ ਨਹੀਂ ਹੋਏਗਾ ਕਿ ਸੇਂਦਾ ਨਮਕ, ਈਵਨ ਮੈਨੂੰ ਵੀ ਨਹੀਂ ਪਤਾ, ਮੈਨੂੰ ਹਿਮਾਲਿਆ ਨਮਕ, ਰੈਗੂਲਰ ਨਮਕ, ਕਾਲਾ ਨਮਕ, ਸੇਂਦਾ ਨਮਕ ਜ਼ਰੂਰ ਦੱਸ ਦਿਓ ਕਿ ਕਿਹੜਾ ਹੁੰਦਾ ਹੈ। ਜਿਹੜਾ ਇਹ ਰੌਕ ਸਾਲਟ ਹੈਗਾ ਆਯੁਰਵੇਦ ਦੇ ਵਿੱਚ ਵੀ ਜਾਂ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਸੇਂਦਾ ਨਮਕ ਹੀ ਯੂਜ਼ ਕਰਦੇ ਸੀ, ਇਹ ਪੱਥਰ ਵਰਗੀ ਸ਼ੇਪ ਦੇ ਵਿੱਚ ਹੁੰਦਾ ਹੈਗਾ, ਰੌਕ ਸਾਲਟ ਕਹਿ ਦਿੰਦੇ ਇਹਨੂੰ ਅਸੀਂ। ਜਿਹੜਾ ਸਮੁੰਦਰੀ ਲੂਣ ਜਿਹੜਾ ਅੱਜ ਕੱਲ੍ਹ ਆ ਰਿਹਾ ਹੈਗਾ ਉਹਦੇ ਨਾਲੋਂ ਇਸ ਦੀ ਜਿਹੜੀ ਮੈਡੀਸਨਲ ਵੈਲਿਊ ਹੈਗੀ ਆ ਉਹ ਜ਼ਿਆਦਾ ਹੈਗੀ ਆ, ਇਹਦੇ ਗੁਣ ਬਹੁਤ ਜ਼ਿਆਦਾ ਨੇ। ਅਸੀਂ ਮੈਂ ਖੁਦ ਆਪਣੇ ਘਰ ਦੇ ਵਿੱਚ ਕਾਫੀ ਸਾਲਾਂ ਤੋਂ ਅਸੀਂ ਸੇਂਦਾ ਨਮਕ ਹੀ ਯੂਜ਼ ਕਰ ਰਹੇ ਹਾਂ, ਖਾਣੇ ਦੇ ਵਿੱਚ ਇਹੀ ਪਾਉਂਦੇ ਹਾਂ। ਵੀ ਇਹਦੀਆਂ ਜਿਹੜੀਆਂ ਦੂਸਰੇ ਨਮਕ ਦੀਆਂ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਸ ਤਰ੍ਹਾਂ ਬੀਪੀ ਹਾਈ ਕਰਦਾ, ਇਹ ਸੇਂਦਾ ਨਮਕ ਦੀਆਂ ਇਸ ਤਰ੍ਹਾਂ ਦੀਆਂ ਕੋਈ ਕੰਪਲੇਂਟਸ ਨਹੀਂ ਹੈਗੀਆਂ। ਤਾਂ ਸੇਂਦਾ ਨਮਕ ਤੇ ਥੋੜ੍ਹੀ ਜਿਹੀ ਹਲਦੀ ਦੇ ਗਰਾਰੇ ਕੀਤੇ ਜਾ ਸਕਦੇ ਨੇ, ਸਟੀਮ ਜਿਹੜੀ ਆ ਉਹ ਸਿੰਪਲ ਆਮ ਭਾਫ ਦੀ ਲਈ ਜਾ ਸਕਦੀ ਹੈ ਜਾਂ ਉਹਦੇ ਵਿੱਚ ਵੀ ਥੋੜ੍ਹਾ ਹਲਕਾ ਜਿਹਾ ਨਮਕ ਪਾ ਕੇ ਸਟੀਮ ਲਈ ਜਾ ਸਕਦੀ ਆ। ਉਹਦੇ ਨਾਲ ਕੀ ਹੁੰਦਾ ਕਿ ਸਟੀਮ ਜਿਹੜੀ ਅਸੀਂ ਨੱਕ ਰਾਹੀਂ ਤੇ ਮੂੰਹ ਰਾਹੀਂ ਵੀ ਸਟੀਮ ਲੈਂਦੇ ਹਾਂ, ਵੈਸੇ ਜ਼ਿਆਦਾ ਅਸੀਂ ਨੱਕ ਰਾਹੀਂ ਇਨਹੇਲ ਕਰਦੇ ਹਾਂ ਤਾਂ ਥੋੜ੍ਹੀ ਬਹੁਤ ਸਾਡੇ ਮੂੰਹ ਰਾਹੀਂ ਵੀ ਚਲੀ ਜਾਂਦੀ ਹੈ ਕਿਉਂਕਿ ਅਸੀਂ ਚਾਹੇ ਨੱਕ ਨਾਲ ਇਨਹੇਲ ਕਰ ਰਹੇ ਹੁੰਦੇ ਹਾਂ। ਤਾਂ ਉਹਦੇ ਨਾਲ ਜਿਹੜਾ ਨੱਕ ਦੇ ਰਸਤੇ ਰਾਹੀਂ ਜੇਕਰ ਸਪੋਜ਼ ਕਰੋ ਵਾਇਰਸ ਹੈ ਤਾਂ ਉਹ ਮਰ ਜਾਂਦਾ ਹੈ।
ਜੇਕਰ ਅਸੀਂ ਗਰਾਰੇ ਕਰਦੇ ਹਾਂ ਤਾਂ ਗਲਾ ਸਾਫ਼ ਹੋ ਜਾਂਦਾ ਜਾਂ ਗਲੇ ਦੇ ਵਿੱਚ ਅਸੀਂ ਸਾਡੇ ਵਾਇਰਸ ਹੈ ਲੱਗਦਾ ਤਾਂ ਉਹਦੇ ਚਾਂਸਸ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਬਟ ਇਹ ਇੱਕ ਡੇਲੀ ਰੂਟੀਨ ਆ, ਇਹ ਨਹੀਂ ਕਿ ਅੱਜ ਕਰ ਲਿਆ 10 ਦਿਨ ਨਾ ਕੀਤਾ। ਸੈਕਿੰਡਲੀ ਇਹਨਾਂ ਦਿਨਾਂ ਦੇ ਵਿੱਚ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ, ਏਸੀ ਤੋਂ ਪਰਹੇਜ਼ ਕੀਤਾ ਜਾਵੇ ਕਿ ਅਸੀਂ ਆਪਣੀਆਂ ਲੰਗਸ ਨੂੰ ਜਿਹੜਾ ਹੈ ਮਜ਼ਬੂਤ ਰੱਖਣਾ ਹੈਗਾ। ਵੈਸੇ ਤਾਂ ਜੇ ਡੇਲੀ 15-20 ਮਿੰਟ ਦਾ ਵਰਕਆਊਟ ਕੀਤਾ ਜਾਵੇ, ਕਿਉਂਕਿ ਦੇਖੋ ਜਿਹੜਾ ਬਾਡੀ ਪਾਰਟ ਮੋਸਟ ਅਫੈਕਟਡ ਆ ਜੇ ਉਹੀ ਸਟਰੋਂਗ ਹੋਵੇ, ਜਦੋਂ ਤੁਸੀਂ ਆਪਣੀ ਐਕਸਰਸਾਈਜ਼ ਕਰੋਗੇ, ਹਾਰਟ ਬੀਟ ਤੇਜ਼ ਕਰੋਗੇ, ਤੁਹਾਡੀਆਂ ਲੰਗਸ ਜਿਹੜੀਆਂ ਨੇ, ਚੈਸਟ ਆ ਉਹਦੀ ਐਕਸਰਸਾਈਜ਼ ਹੁੰਦੀ ਆ, ਤਾਂ ਲੰਗਸ ਮਜ਼ਬੂਤ ਹੋਣਗੀਆਂ। ਤਾਂ ਵਾਇਰਸ ਜੇ ਅਟੈਕ ਵੀ ਕਰਦਾ ਤੇ ਆਮ ਇੱਕ ਲੇਮੈਨ ਨਾਲੋਂ, ਕਿਉਂਕਿ ਜਿਹੜੀ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਲੋਕਾਂ ਨੂੰ ਆ ਰਹੀਆਂ ਨੇ ਜਾਂ ਤਾਂ ਜਿਹਨਾਂ ਦਾ ਜਿਹੜੇ ਓਵਰਵੇਟ ਨੇ, ਜਾਂ ਜਿਹਨਾਂ ਨੂੰ ਕੋਈ ਕਿਡਨੀ ਪ੍ਰੋਬਲਮ ਆ, ਕਿਸੇ ਨੂੰ ਡਾਇਬਟੀਜ਼ ਦੀ ਪ੍ਰੋਬਲਮ ਆ, ਜਿਹਨਾਂ ਨੂੰ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਹੀ ਜ਼ਿਆਦਾ ਕਰੋਨਾ ਦੇ ਕੇਸ ਵਿੱਚ ਮੇਜਰ ਪ੍ਰੋਬਲਮਸ ਆ ਰਹੀਆਂ ਨੇ। ਕਿਉਂਕਿ ਵੱਡੇ ਜਿਹੜੇ ਫੈਕਟਰ ਨੇ, ਇਸ਼ੂਸ ਨੇ, ਉਹਦੇ ਵਿੱਚ ਜੇ ਤੁਸੀਂ ਰਿਸਰਚ ਕਰਦੇ ਹੋ, ਸਟੱਡੀ ਕਰਦੇ ਹੋ, ਤਾਂ ਉਹਨਾਂ ਪਰਟੀਕੁਲਰ ਇੱਕ ਖਾਸ ਵਰਗ ਦੇ ਲੋਕਾਂ ਨੂੰ ਪ੍ਰੋਬਲਮ ਜ਼ਿਆਦਾ ਗੰਭੀਰ ਹੁੰਦੀ ਹੈ, ਜਿਹਨਾਂ ਵਿੱਚ ਓਵਰਵੇਟ ਵਾਲੇ ਆ ਜਾਂਦੇ ਨੇ, ਕਿਡਨੀ ਪੇਸ਼ੈਂਟਸ ਹੋਏ, ਤਾਂ ਉਹਨਾਂ ਨੂੰ ਇਹਨਾਂ ਦਿਨਾਂ ਵਿੱਚ ਆਮ ਬੰਦੇ ਨਾਲੋਂ ਵੀ ਜ਼ਿਆਦਾ ਪਰਹੇਜ਼ ਤੇ ਜ਼ਿਆਦਾ ਖਿਆਲ ਰੱਖਣ ਦੀ ਲੋੜ ਆ। ਡਾਇਟ ਜਿਹੜੀ ਆ ਤੁਹਾਡੀ ਉਹ ਬੜੀ ਬੈਲੈਂਸਡ ਹੋਣੀ ਚਾਹੀਦੀ ਆ, ਵਿਟਾਮਿਨ ਸੀ ਔਰ ਜ਼ਿੰਕ ਰਿਚ ਫੂਡਸ ਜਿਹੜੇ ਨੇ। ਵੈਸੇ ਤਾਂ ਜੇਕਰ ਤੁਹਾਡੇ ਕੋਲ ਸਪਲੀਮੈਂਟਸ ਅਵੇਲੇਬਲ ਨੇ ਵਿਟਾਮਿਨ ਸੀ, ਜਿਵੇਂ ਅਸੀਂ ਅੱਜ ਕੱਲ੍ਹ ਸਾਡੇ ਕੁਛ ਕਾਫੀ ਕੰਪਨੀਆਂ ਨੇ ਜਿਨ੍ਹਾਂ 'ਚ ਵਿਟਾਮਿਨ ਸੀ ਤੇ ਜ਼ਿੰਕ ਟੈਬਲੇਟਸ ਆ ਰਹੀਆਂ ਨੇ, ਲਿਮਸੀ ਹੈ, ਐਸਕੋਰਬੀਜ਼ੈਡ ਹੈ, ਕਾਫੀ ਕੰਪਨੀਆਂ ਨੇ। ਕਿਉਂਕਿ ਜਦੋਂ ਲਾਸਟ ਈਅਰ ਕਰੋਨਾ ਸ਼ੁਰੂਆਤ ਹੋਈ ਆ ਤਾਂ ਇਮੀਡੀਏਟਲੀ ਇੰਡੀਆ ਦੇ ਵਿੱਚ ਲੋਕਡਾਊਨ ਲੱਗ ਗਿਆ ਸੀ, ਉਸ ਟਾਈਮ ਈਵਨ ਸੈਨੇਟਾਈਜ਼ਰ ਵੀ ਅਵੇਲੇਬਲ ਨਹੀਂ ਸੀ ਲੋਕਾਂ ਨੂੰ ਈਜ਼ੀਲੀ ਮਿਲੇ, ਕਿਉਂਕਿ ਲੋਕਡਾਊਨ ਲੱਗ ਗਿਆ, ਸ਼ਾਪਸ ਬੰਦ ਹੋ ਗਈਆਂ, ਤੇ ਉਸ ਟਾਈਮ ਵਿਟਾਮਿਨਸ ਦੀ ਜਾਣਕਾਰੀ ਵੀ ਨਹੀਂ ਸੀ ਤੇ ਅਵੇਲੇਬਿਲਿਟੀ ਵੀ ਨਹੀਂ ਸੀ। ਪਰ ਕਿਉਂਕਿ ਹੁਣ ਇਹਨੂੰ 1 ਸਾਲ ਹੋ ਗਿਆ, ਲੋਕ ਵੀ ਤਿਆਰ ਸੀ, ਗਵਰਨਮੈਂਟ ਵੀ ਪ੍ਰਿਪੇਅਰ ਹੈ, ਕੰਪਨੀਆਂ ਵੀ ਜਿਹੜੀਆਂ ਨੇ ਫਾਰਮਾਸਿਟੀਕਲ, ਉਹਨਾਂ ਨੇ ਕਾਫੀ ਅਵੇਲੇਬਿਲਿਟੀ ਦੇ ਵਿੱਚ ਈਜ਼ੀਲੀ ਇਹ ਸਪਲੀਮੈਂਟਸ ਵੀ ਅਵੇਲੇਬਲ ਨੇ। ਵੈਸੇ ਵੀ ਜੇਕਰ ਭੋਜਨ ਦੇ ਵਿੱਚ ਵਿਟਾਮਿਨ ਸੀ ਰਿਚ ਫੂਡ ਜਿਵੇਂ ਨੇ, ਸਿਟਰਸ ਫਰੂਟਸ ਹੋ ਗਏ, ਆਂਵਲਾ ਹੋਇਆ, ਉਹਨਾਂ ਦੀ ਵਰਤੋਂ ਕੀਤੀ ਜਾਵੇ, ਹਲਦੀ ਦੀ ਵੀ ਵਰਤੋਂ ਜ਼ਰੂਰ ਕੀਤੀ ਜਾਵੇ, ਦਾਲਚੀਨੀ ਦੀ ਕੀਤੀ ਜਾਵੇ, ਕਿਉਂਕਿ ਸਾਡੀਆਂ ਬੇਸਿਕ ਹਰਬਸ ਨੇ ਇਹ ਸਾਡੀਆਂ ਪੁਰਾਣੀਆਂ, ਤੇ ਇਹਨਾਂ ਦੇ ਨਾਲ ਅਸੀਂ ਕਾਫੀ ਹੱਦ ਤੱਕ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ। ਜਿਸ ਤਰ੍ਹਾਂ ਆਪਣਾ ਇੰਡੀਆ ਦੇ ਵਿੱਚ ਜਿੱਦਾਂ ਤੁਲਸੀ ਹੈਗੀ ਆ, ਈਜ਼ੀਲੀ ਅਵੇਲੇਬਲ ਆ, ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਸਿਟ੍ਰਿਕ ਫਰੂਟਸ ਨੇ ਤੇ ਜਿਹੜੇ ਸੀਜ਼ਨਲ, ਹੁਣ ਮੈਨੂੰ ਉੱਥੋਂ ਦੇ ਸੀਜ਼ਨ ਦੇ ਹਿਸਾਬ ਨਾਲ ਪਤਾ ਨਹੀਂ ਕਿਹੜੇ ਫਰੂਟ ਉਹਦੇ ਵਿੱਚ ਅਵੇਲੇਬਲ ਨੇ, ਉਹ ਵੀ ਜ਼ਰੂਰ ਦੱਸੋ ਦਰਸ਼ਕਾਂ ਨੂੰ। ਹਾਂਜੀ, ਦੇਖੋ ਇਸ ਟਾਈਮ ਪੰਜਾਬ ਦੇ ਵਿੱਚ ਨਿੰਬੂ ਜਿਹੜੇ ਹੈਗੇ ਉਹ ਆ ਰਹੇ ਨੇ ਮਾਰਕੀਟ ਦੇ ਵਿੱਚ, ਫਰੂਟਸ ਜਿਹੜੇ ਨੇ, ਹੁਣ ਕਿੰਨੂ ਜਿਹੜਾ ਹੈ ਉਹਦਾ ਸੀਜ਼ਨ ਨਹੀਂ ਰਿਹਾ, ਕਿੰਨੂ ਦਾ ਸੀਜ਼ਨ ਜਿਹੜਾ ਔਰੇਂਜ ਦਾ, ਉਹ ਸਟੋਰ ਦਾ ਆ ਰਿਹਾ ਹੈਗਾ, ਆ ਰਿਹਾ ਹੈਗਾ, ਮਿਲਦਾ ਹੈਗਾ, ਬਟ ਉਹ ਈਜ਼ੀਲੀ ਨਹੀਂ ਮਿਲਦਾ ਔਰ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਅਵੇਲੇਬਲ ਨਹੀਂ ਹੈ, ਤੇ ਕੁਆਲਿਟੀ ਦਾ ਵੀ ਇਫੈਕਟ ਪੈਂਦਾ ਕਿਉਂਕਿ ਸਟੋਰ ਦਾ ਹੁੰਦਾ। ਨਿੰਬੂ ਬੜਾ ਵਧੀਆ ਆ ਰਿਹਾ ਹੈਗਾ, ਤੇ ਇਹਨਾਂ ਦੇ ਵਿੱਚ ਤੁਸੀਂ ਅਸੀਂ ਜਾਂ ਆਮਲਾ ਕੈਂਡੀ ਆ ਰਹੀ ਆ, ਆਮਲੇ ਦਾ ਅਚਾਰ ਹੈਗਾ ਲੋਕਾਂ ਕੋਲ, ਆਮਲਾ ਕੁਛ ਦਿਨ ਪਹਿਲਾਂ ਤੱਕ, ਮਹੀਨਾ ਕੁ ਪਹਿਲਾਂ ਤੱਕ ਆਮਲਾ ਜਿਹੜਾ ਦੇਸੀ ਜਿਹੜਾ ਪਿਓਰ ਫਰੈਸ਼ ਆਮਲੇ ਸੀਗੇ ਔਲੇ, ਉਹ ਅਵੇਲੇਬਲ ਸੀਗੇ ਮਾਰਕੀਟ ਦੇ ਵਿੱਚ। ਤੇ ਬਾਕੀ ਇਸ ਤਰ੍ਹਾਂ ਹੈ ਬਾਟਚੀ ਕਿ ਅੱਜ ਤਾਂ ਚਾਹੇ ਤੁਸੀਂ ਜ਼ਰੂਰ ਯੂਜ਼ ਕਰੋ, ਪਰ ਮੈਂ ਇਹ ਰਿਕਮੈਂਡ ਕਰਦਾ ਕਿ ਇਮਿਊਨਿਟੀ ਬਾਡੀ ਦੀ ਜਿਹੜੀ ਆ ਉਹ ਕੁਛ ਦਿਨਾਂ 'ਚ ਨਹੀਂ ਬਣਦੀ। ਇਹ ਰੂਟੀਨ ਕਾਫੀ ਲੋਕਾਂ ਨੇ, ਮੈਂ ਖੁਦ ਵੀ, ਅਸੀਂ ਕਾਫੀ ਮਹੀਨਿਆਂ ਤੋਂ ਆਪਣਾ ਅਡੋਪਟ ਕੀਤਾ ਹੋਇਆ ਕਿ ਜਦੋਂ ਜਿਵੇਂ ਆਮਲਾ ਅਵੇਲੇਬਲ ਸੀ ਉਹਨਾਂ ਦਿਨਾਂ 'ਚ ਕਿੰਨੂ ਸੀਗਾ ਕਿ ਅਮਰੂਦ ਆ ਰਿਹਾ ਸੀਗਾ, ਤਾਂ ਲੋਕਾਂ ਨੇ ਰੱਜ ਕੇ ਜਿਹੜੇ ਅਵੇਅਰ ਸੀ ਉਹਨਾਂ ਨੇ ਇਸ ਚੀਜ਼ ਦੀ ਵਰਤੋਂ ਕੀਤੀ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਕੋਲ ਡਰਾਈ ਫਰੂਟਸ ਵਿੱਚ ਮੁਨੱਕਾ ਹੈਗਾ, ਪੰਜਾਬੀ ਦੇ ਵਿੱਚ ਮੁਨੱਕੇ ਦੇ ਬੜੇ ਗੁਣ ਨੇ, ਤੇ ਮੁਨੱਕਾ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਯੂਜ਼ ਕਰਨਾ ਚਾਹੀਦਾ, ਚਾਹੇ ਉਹਨੂੰ ਰਾਤ ਨੂੰ ਭਿਗੋ ਕੇ 5 ਪੀਸ ਸਵੇਰੇ ਖਾਓ ਜਾਂ ਉਹਨੂੰ ਦੁੱਧ ਦੇ ਵਿੱਚ ਯੂਜ਼ ਕਰੋ। ਮੁਨੱਕਾ ਜਿਹੜਾ ਹੈ, ਕਿਉਂਕਿ ਉਹਦੇ 'ਚ ਜ਼ਿੰਕ ਵੀ ਹੈ, ਹੋਰ ਬੜਾ ਉਹਦੇ 'ਚ ਚੀਜ਼ਾਂ ਨੇ ਜਿਨ੍ਹਾਂ ਨੂੰ, ਜਾਂ ਨਟਸ ਜਿਹੜੇ ਨੇ, ਉਹਨਾਂ ਦੀ ਵੀ ਇਹਨਾਂ ਦਿਨਾਂ ਦੇ ਵਿੱਚ ਵਰਤੋਂ ਕਰਨੀ ਚਾਹੀਦੀ ਆ। ਮੁਨੱਕਾ ਨਹੀਂ ਹੈ ਤਾਂ ਸੌਗੀ ਦੀ ਵਰਤੋਂ ਕਰੋ, ਇਹਦੇ ਕਾਫੀ ਵਧੀਆ ਰਿਜ਼ਲਟਸ ਆ ਰਹੇ ਨੇ, ਕਿਉਂਕਿ ਇਹ ਵੀ ਇਮਿਊਨਿਟੀ ਨੂੰ ਜਿਹੜਾ ਹੈ ਇਹ ਚੀਜ਼ਾਂ ਸਟਰੋਂਗ ਕਰ ਰਹੀਆਂ ਨੇ। ਜੀ, ਅੱਜ ਕੱਲ ਮੇਰੇ ਖਿਆਲ ਗ੍ਰੇਪਸ ਦਾ ਵੀ ਸੀਜ਼ਨ ਹੋਏਗਾ। ਗ੍ਰੇਪਸ ਜਿਹੜੇ ਨੇ ਉਹ ਅਵੇਲੇਬਲ ਨੇ, ਗ੍ਰੇਪਸ ਜਿਹੜੇ ਨੇ, ਪਰ ਗ੍ਰੇਪਸ ਵਿੱਚ ਇਹ ਹੋ ਜਾਂਦਾ ਕਿ ਕਈ ਵਾਰ ਡਾਇਬਟੀਜ਼ ਵਾਲੇ ਥੋੜਾ ਵਹਿਮ ਵੀ ਕਰ ਜਾਂਦੇ, ਔਰ ਕੁਛ ਹੱਦ ਤੱਕ ਉਹਨਾਂ ਨੂੰ ਇੱਕ ਲਿਮਿਟ ਹੁੰਦੀ ਆ ਕਿ ਉਨੇ ਜ਼ਿਆਦਾ ਗ੍ਰੇਪਸ ਉਹ ਨਹੀਂ ਖਾ ਸਕਦੇ। ਪ੍ਰੋਫੈਸਰ ਰਵੀ, ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਅਗਲੇ ਸੈਗਮੈਂਟ ਦੇ ਵਿੱਚ, ਹੋਰ ਵੀ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਦੇ ਸਕਾਂਗੇ, ਜ਼ਰੂਰ ਦੇਵਾਂਗੇ। ਤੇ ਦਰਸ਼ਕੋ ਜੁੜੇ ਰਹੋ ਸਾਡੇ ਨਾਲ, ਇਸੇ ਤਰ੍ਹਾਂ ਹੀ ਵੇਲਾ ਚੱਲਿਆ, ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ।
ਫਿਲਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤਿਬ ਹਾਂ ਅਸੀਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ। ਜੇ ਤੁਸੀਂ ਵੀ ਆਪਣਾ ਕੋਈ ਵੀ ਬਿਜ਼ਨਸ ਹੈ, ਕੋਈ ਵੀ ਈਵੈਂਟ ਹੈ, ਕੋਈ ਵੀ ਤੁਹਾਡੇ ਅੰਦਰ ਟੈਲੈਂਟ ਹੈਗਾ ਜਾਂ ਕੁਛ ਵੀ ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸੰਪਰਕ ਕਰਕੇ ਤੁਸੀਂ ਆਪਣੇ ਕਿਸੇ ਵੀ ਬਿਜ਼ਨਸ ਨੂੰ, ਈਵੈਂਟ ਨੂੰ, ਟੈਲੈਂਟ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ ਅਤੇ ਆਪਣੇ ਆਪਣੀ ਪਛਾਣ ਵਰਲਡ ਵਾਈਡ ਬਣਾ ਸਕਦੇ ਹੋ। ਅਤੇ ਹਰ ਹਫ਼ਤੇ ਜਿਸ ਤਰ੍ਹਾਂ ਅਸੀਂ ਬੁੱਧਵਾਰ ਨੂੰ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਕਾਰੋਬਾਰ ਪੰਜਾਬੀਆਂ ਦੇ, ਉਸ ਦੇ ਵਿੱਚ ਬਿਜ਼ਨਸ ਪ੍ਰਮੋਟ ਕਰਦੇ ਹਾਂ ਆਪਾਂ, ਤੁਸੀਂ ਵੀ ਜੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਅਤੇ ਜਿੱਥੇ ਅਸੀਂ ਬਿਜ਼ਨਸ ਪ੍ਰਮੋਟ ਕਰਦੇ ਹਾਂ ਉੱਥੇ ਹੀ ਜਿਹੜਾ ਸਾਡੇ ਚੱਲ ਰਹੇ ਹਾਲਾਤ ਹੁੰਦੇ ਨੇ, ਜਿਹੜੀਆਂ ਸਮਾਜਿਕ ਸਮੱਸਿਆਵਾਂ ਹੁੰਦੀਆਂ ਨੇ, ਜਾਂ ਕੋਈ ਵੀ ਭਾਵੇਂ ਤੁਸੀਂ ਕਿਸਾਨ ਮੋਰਚਾ ਲੈ ਲਓ, ਜਾਂ ਜਿਸ ਤਰ੍ਹਾਂ ਅੱਜ ਕੱਲ੍ਹ ਕੋਵਿਡ ਦਾ ਆ, ਜਾਂ ਹੋਰ ਵੀ ਕਈ ਜਿਹੜੇ ਵੀ ਸਮੇਂ ਦੇ ਹਾਲਾਤ ਦੇ ਹਿਸਾਬ ਨਾਲ, ਜਿਸ ਤਰ੍ਹਾਂ ਕਿ ਇੰਡੀਆਨਾ ਦੇ ਵਿੱਚ ਪਿੱਛੇ ਜੇ ਹੈਪਨਿੰਗ ਹੋਈ ਸੀ ਉਸ ਦੇ ਉੱਪਰ, ਸੋ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਜਾਣੂ ਕਰਾਉਂਦੇ ਰਹਿੰਦੇ ਹਾਂ, ਅਵੇਅਰ ਕਰਾਉਂਦੇ ਰਹਿੰਦੇ ਹਾਂ ਵੱਖਰੇ ਵੱਖਰੇ ਹਾਲਾਤਾਂ ਦੇ ਵਿੱਚ, ਵੱਖਰੇ ਵੱਖਰੇ ਮੌਕੇ ਦੇ ਉੱਪਰ। ਅਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਪ੍ਰੋਫੈਸਰ ਰਵੀ ਜੀ, ਜਿਹੜੇ ਕਿ ਮੋਗੇ ਤੋਂ ਨੇ, ਸਾਡੇ ਨਾਲ ਪਹਿਲਾਂ ਵੀ ਇੱਕ ਅੱਧੇ ਪ੍ਰੋਗਰਾਮ ਦੇ ਵਿੱਚ ਇਹ ਆਏ ਨੇ। ਅਤੇ ਅੱਜ ਅਸੀਂ ਕੋਵਿਡ-19 ਦੀ ਅਵੇਅਰਨੈਸ, ਉਸਦੇ ਲਈ ਕਿਹੜੇ ਸਾਨੂੰ ਧਿਆਨ ਰੱਖਣੇ ਚਾਹੀਦੇ ਨੇ, ਉਸਦੇ ਬਾਰੇ ਜਾਣਕਾਰੀ ਸਾਨੂੰ ਦੇ ਰਹੇ ਨੇ। ਸਵਾਗਤ ਹੈ ਜੀ ਪ੍ਰੋਫੈਸਰ ਰਵੀ, ਤੁਹਾਡਾ ਬਹੁਤ ਬਹੁਤ। ਹਾਂਜੀ ਸਰ, ਹਾਂਜੀ ਨਿੱਕੀ, ਮੈਂ ਪਹਿਲਾਂ ਆਪਾਂ ਫੂਡ ਆਈਟਮਸ ਦੀ ਗੱਲ ਕਰ ਰਹੇ ਸੀ, ਮੈਂ ਦੋ ਤਿੰਨ ਆਪਣੇ ਦਰਸ਼ਕਾਂ ਨੂੰ, ਚਾਹੇ ਉਹ ਪੰਜਾਬ ਦੇ ਵਿੱਚ ਵੇਖ ਰਹੇ ਨੇ ਚਾਹੇ ਕਿਤੇ ਵੀ, ਦੋ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਕਹਿਣੀਆਂ ਚਾਹੁੰਦੇ ਹਾਂ, ਜਿਨ੍ਹਾਂ ਦਾ ਬਹੁਤ ਹੀ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣ ਦੀ ਜ਼ਰੂਰਤ ਆ, ਜਿਹੜੀਆਂ ਕਿ ਸਾਡੇ ਮਨ ਨਾਲ ਸੰਬੰਧਿਤ ਨੇ। ਇੱਕ ਤਾਂ ਇਹ ਆ ਕਿ ਅੱਜ ਕੱਲ੍ਹ ਜੋ ਨਿਊਜ਼ ਆ ਰਹੀ ਆ, ਕੋਈ ਵੀ ਚੈਨਲ ਇੱਥੇ ਪੰਜਾਬ ਦੇ ਵਿੱਚ, ਇੰਡੀਆ ਵਿੱਚ ਅਸੀਂ ਦੇਖ ਰਹੇ ਹਾਂ, ਕੋਈ ਵੀ ਚੈਨਲ ਅਸੀਂ ਚੇਂਜ ਕਰ ਰਹੇ ਹਾਂ ਤਾਂ ਉਹਦੇ ਉੱਪਰ ਇੱਕੋ ਹੀ ਨਿਊਜ਼ ਵਾਰ ਵਾਰ ਆ ਰਹੀ ਆ, ਔਰ ਜਿਹੜੀ ਹੈੱਡਲਾਈਨਸ ਵੀ ਆ ਰਹੀਆਂ ਨੇ ਉਹਦੇ ਉੱਪਰ ਵੀ ਡੈਥ ਰੇਟ ਦੱਸ ਰਹੇ ਨੇ, ਇੰਨੀਆਂ ਡੈਥ ਹੋ ਗਈਆਂ ਨੇ, ਆਕਸੀਜਨ ਦੀ ਕਮੀ ਆ, ਇਹ ਚਲੋ ਇਹ ਸੱਚਾਈ ਆ, ਉਹ ਝੂਠ ਨਹੀਂ ਬੋਲ ਰਹੇ, ਪਰ ਜਦੋਂ ਵਾਰ ਵਾਰ ਅਸੀਂ ਉਹ ਨਿਊਜ਼ ਦੇਖਦੇ ਹਾਂ ਤਾਂ ਸਾਡੇ ਮਨ ਦੇ ਉੱਪਰ, ਸਪੈਸ਼ਲੀ ਬੱਚਿਆਂ ਦੇ ਮਨ ਦੇ ਉੱਪਰ, ਜਿਹੜੇ ਛੋਟੇ ਬੱਚੇ ਆ, ਉਹ ਚਾਹੇ ਸਾਡੇ ਬੱਚੇ 5 ਜਾਂ 6 ਸਾਲ ਦੇ ਨੇ, ਪਰ ਉਹ ਸਮਝਦੇ ਨੇ, ਇੱਕ ਪੈਨਿਕ ਜਿਹਾ ਕ੍ਰੀਏਟ ਕੀਤਾ ਹੋਇਆ। ਇਸ ਲਈ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਵਾਰ ਵਾਰ ਆਪਣੀ ਫੈਮਿਲੀ ਦੇ ਵਿੱਚ ਅਲਰਟ ਜ਼ਰੂਰ ਹੋ, ਨਿਊਜ਼ ਦੀ ਅਪਡੇਟ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਆ, ਪਰ ਜਦੋਂ ਅਸੀਂ ਵਾਰ ਵਾਰ ਉਸ ਚੀਜ਼ ਨੂੰ ਦੇਖਦੇ ਹਾਂ ਤਾਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਉੱਪਰ ਚੀਜ਼ ਘਰ ਜਾਂਦੀ ਆ, ਤੇ ਉਹ ਚੀਜ਼ ਜਿਹੜੀ ਮਨ ਦੇ ਵਿੱਚ ਆ ਜਾਂਦੀ ਆ ਜਾਂ ਡਰ ਪੈਦਾ ਹੋ ਜਾਂਦਾ, ਉਹ ਸਾਡੀ ਬਾਡੀ ਨੂੰ ਬਹੁਤ ਜ਼ਿਆਦਾ ਅਫੈਕਟ ਕਰਦਾ। ਕਿ ਪਹਿਲੀ ਗੱਲ ਤਾਂ ਆ ਕਿ ਨਿਊਜ਼ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਵੇ ਕਿ ਬੱਚਿਆਂ ਦੇ ਸਾਹਮਣੇ ਨਾ ਦੇਖੀ ਜਾਵੇ, ਵੀ ਇੱਕ ਵਾਰ ਦਿਨ ਦੇ ਵਿੱਚ ਮਾਰਨਿੰਗ ਜਾਂ ਈਵਨਿੰਗ ਅਪਡੇਟ ਦੇਖ ਲਿਓ। ਦੂਸਰੀ ਗੱਲ ਆ ਕਿ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲੋ। ਜਿਸ ਤਰ੍ਹਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਵਾਢੀ ਦਾ ਸੀਜ਼ਨ ਚੱਲਦਾ, ਕਣਕਾਂ ਦੀ ਵਾਢੀ, ਤੇ ਡਸਟ ਪਾਰਟੀਕਲਸ ਬਹੁਤ ਜ਼ਿਆਦਾ ਨੇ ਹਵਾ ਦੇ ਵਿੱਚ। ਇਹ ਵੈਸੇ ਨੋਰਮਲ ਹਾਲਾਤਾਂ ਵਿੱਚ ਜਦੋਂ ਕਰੋਨਾ ਨਹੀਂ ਸੀ ਉਹਨਾਂ ਦਿਨਾਂ ਵਿੱਚ ਵੀ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਐਸਥਮਾ ਦੀ ਪ੍ਰੋਬਲਮ ਆ ਜਾਂ ਜਿਨ੍ਹਾਂ ਨੂੰ ਛੇਤੀ ਇਨਫੈਕਸ਼ਨ ਹੋ ਜਾਂਦੀ ਆ, ਇਮਿਊਨਿਟੀ ਵੀਕ ਆ, ਤਾਂ ਉਹਨਾਂ ਨੂੰ ਕਾਫੀ ਡਾਕਟਰਸ ਕੋਲ ਕੇਸ ਵੱਧ ਜਾਂਦੇ ਹੁੰਦੇ ਸੀ। ਤਾਂ ਉੱਪਰੋਂ ਕਰੋਨਾ ਦਾ ਟਾਈਮ ਚੱਲਦਾ, ਇਸ ਲਈ ਜੇ ਅਵੋਇਡ ਕੀਤਾ ਜਾ ਸਕਦਾ ਬਾਹਰ ਨਿਕਲਣ ਨੂੰ ਤਾਂ ਲੋਕ ਇਸ ਚੀਜ਼ ਨੂੰ ਪਲੀਜ਼ ਅਵੋਇਡ ਕਰਨ, ਨਹੀਂ ਤਾਂ ਪ੍ਰੋਪਰ ਮਾਸਕ ਪਾ ਕੇ ਬਾਹਰ ਨਿਕਲਿਆ ਜਾਵੇ। ਮੈਂ ਪਿਛਲੇ ਸੈਗਮੈਂਟ ਦੇ ਵਿੱਚ ਕੁਐਸਚਨ ਕੀਤਾ ਸੀਗਾ ਕਿ ਪੋਲਿਊਸ਼ਨ ਦੀ ਗੱਲ ਕਰ ਰਿਹਾ ਸੀ ਮੈਂ, ਕਿਉਂਕਿ ਮੈਨੂੰ ਲੱਗ ਰਿਹਾ ਸੀ ਜਾਂ ਗੱਲਾਂ ਬਾਤਾਂ ਕਰਦੇ ਨਾ, ਕਿਤੇ ਨਾ ਕਿਤੇ ਏਅਰ ਹਵਾ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੈ, ਜਿਸ ਦਾ ਕਰਕੇ ਆਕਸੀਜਨ ਦੀ ਜਦੋਂ ਵਾਢੀਆਂ ਹੁੰਦੀਆਂ ਨੇ, ਭਾਵੇਂ ਉਹ ਕੰਬਾਈਨ ਨਾਲ ਹੋਵੇ ਭਾਵੇਂ ਹੱਥ ਨਾਲ ਹੋਵੇ, ਅਸੀਂ ਤੇ ਆਪਣੇ ਹੱਥਾਂ ਨਾਲ ਵਾਢੀਆਂ ਕੀਤੀਆਂ ਨੇ ਕਣਕ ਦੀਆਂ, ਤੇ ਉਹ ਜਦੋਂ ਆਪਾਂ ਵਾਢੀ ਕਰਦੇ ਹੁੰਦੇ ਜਾਂ ਤੇ ਮੂੰਹ ਬੰਨਣਾ ਪੈਂਦਾ ਸੀਗਾ, ਜਿਹੜਾ ਕਿ ਅੱਜ ਕੱਲ ਮਾਸਕ ਮਸਟ ਹੈਗਾ ਵਾ, ਉਸਦੀ ਵਰਤੋਂ ਕੀਤੀ ਜਾਵੇ, ਜਾਂ ਫਿਰ ਉਹ ਜੇ ਨਹੀਂ ਸੀ ਤੇ ਆਪਣੇ ਅੰਦਰ ਮਿੱਟੀ ਨੱਕ ਦੇ ਵਿੱਚ ਕਾਫੀ ਚਲੀ ਜਾਂਦੀ ਹੁੰਦੀ ਸੀਗੀ। ਜਦੋਂ ਤੁਸੀਂ ਆ ਗੱਲ ਕੀਤੀ ਵਾਢੀਆਂ ਦੀ ਤੇ ਮੇਰਾ ਇੱਕਦਮ ਉਹ ਗੱਲ ਯਾਦ ਆ ਗਈ, ਸੋ ਉਹਦੀ ਅਵੇਅਰਨੈਸ ਬਹੁਤ ਜ਼ਰੂਰੀ ਆ। ਹਾਂਜੀ, ਔਰ ਤੀਸਰੀ ਜਿਹੜੀ ਗੱਲ ਹੈ ਨਿੱਕੀ, ਉਹ ਇਹ ਹੈ ਕਿ ਸਾਡੇ ਕੋਲ ਸੋਸ਼ਲ ਮੀਡੀਆ ਜਿੱਥੇ ਜਾਣਕਾਰੀ ਬਹੁਤ ਮੁਹੱਈਆ ਕਰਾ ਰਿਹਾ, ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਵੀ ਨੇ ਜਿਹੜੀਆਂ ਪੈਨਿਕ ਕ੍ਰੀਏਟ ਕਰ ਰਹੀਆਂ ਨੇ, ਜਾਂ ਕਈ ਅਥੈਂਟਿਕ ਚੀਜ਼ਾਂ ਨਹੀਂ ਹੁੰਦੀਆਂ, ਜਿਸ ਤਰ੍ਹਾਂ ਕਾਫੀ ਸਾਰੇ ਮਟੀਰੀਅਲ ਕਾੜੇ ਬਹੁਤ ਕੁਛ ਇੱਦਾਂ ਦਾ ਦਿੱਤਾ ਜਾ ਰਿਹਾ ਜਿਹਨੂੰ ਲੋਕ ਬਿਨਾਂ ਉਸ ਚੀਜ਼ ਨੂੰ ਚੈੱਕ ਕੀਤੇ ਵੈਰੀਫਾਈ ਕੀਤੇ ਕਰਨਾ ਸ਼ੁਰੂ ਕਰ ਦਿੰਦੇ ਆ। ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ 40 ਡਿਗਰੀ ਟੈਂਪਰੇਚਰ ਹੋ ਗਿਆ, ਤਾਂ ਜਿਹੜੇ ਕਾੜੇ ਹੁੰਦੇ ਨੇ ਉਹ ਗਰਮ ਤਸੀਰ ਦੇ ਹੁੰਦੇ ਨੇ, ਜਿਵੇਂ ਹਲਦੀ ਦੇ ਵਿੱਚ ਹਲਦੀ ਵਾਲਾ ਦੁੱਧ ਪੀਣਾ ਰੋਜ਼ ਪੀਣਾ, ਇਹ ਹਰ ਇੱਕ ਨੂੰ ਸੂਟ ਨਹੀਂ ਕਰਦਾ ਬਾਡੀ ਦੀ ਤਸੀਰ ਦੇ ਅਕੋਰਡਿੰਗ, ਕਿਉਂਕਿ ਮੌਸਮ ਦੇ ਵਿੱਚ ਵੀ ਗਰਮੀ ਆ, ਫਿਰ ਤੁਹਾਡੀ ਆਪਣੀ
ਪ੍ਰਕਿਰਤੀ ਹੁੰਦੀ ਬਾਡੀ ਦੀ। ਤਾਂ ਇੱਕ ਮੇਰੀ ਰਿਕੁਐਸਟ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਅਵੇਅਰਨੈਸ ਜ਼ਰੂਰ ਲਓ, ਬਟ ਹਰ ਚੀਜ਼ ਨੂੰ ਬਲਾਈਂਡਲੀ ਇੰਨਾ ਫੇਤ ਕਰਕੇ ਇਮੀਡੀਏਟਲੀ ਉਸ ਕੰਮ ਨੂੰ ਕਰਨਾ ਸਟਾਰਟ ਨਾ ਕਰੋ। ਪਹਿਲਾਂ ਦੇਖੋ ਕਿ ਸਾਡੇ ਬਜ਼ੁਰਗ ਕਰਦੇ ਸੀ ਜਾਂ ਇਹ ਕਿੰਨੀ ਕੁ ਕੁਆਂਟਿਟੀ ਦੇ ਵਿੱਚ ਅਸੀਂ ਪਹਿਲਾਂ ਜੀ ਯੂਜ਼ ਕਰਦੇ ਸੀ ਵੀ, ਕਿਉਂਕਿ ਇੱਕ ਜਾਂ ਕਿਸੇ ਨਾਲ ਸਲਾਹ ਕਰਕੇ ਜਾਂ ਡਾਕਟਰ ਨਾਲ ਸਲਾਹ ਕਰਕੇ, ਕਿਉਂਕਿ ਅੱਜ ਕੱਲ੍ਹ ਸਾਡੇ ਸਾਰਿਆਂ ਦੇ ਲਿੰਕਸ ਨੇ, ਇਮੀਡੀਏਟਲੀ ਫੋਲੋ ਨਾ ਕਰੋ। ਕਈ ਵਾਰੀ ਕੀ ਹੁੰਦਾ ਕਿ ਕਈ ਅਸੀਂ ਬਾਡੀ ਦੇ ਵਿੱਚ ਕੋਈ ਹੋਰ ਡਿਫੈਕਟ ਪਾ ਲੈਂਦੇ ਹਾਂ ਬਿਨਾਂ ਉਸ ਚੀਜ਼ ਨੂੰ ਵਾਚਿਆਂ ਤੋਂ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਵੀ ਇਸ ਟਾਈਮ ਦੇ ਸਮੇਂ ਦੇ ਵਿੱਚ ਬੜਾ ਧਿਆਨ ਰੱਖਣ ਵਾਲੀ ਗੱਲ ਆ ਕਿ ਕਿਹੜਾ ਕਰਨਾ ਅਸੀਂ, ਕਿਹੜੀ ਚੀਜ਼ ਨਹੀਂ ਕਰਨੀ, ਕਿਉਂਕਿ ਕਾਫੀ ਕੇਸ ਆਏ ਨੇ ਜਿਨ੍ਹਾਂ ਦੇ ਵਿੱਚ ਪ੍ਰੋਬਲਮ ਹੀ ਇਹ ਆਈ ਆ ਕਿ ਉਹਨਾਂ ਨੇ ਨੈੱਟ ਦੇ ਉੱਪਰ ਦੇਖ ਕੇ ਜਾਂ ਇੱਦਾਂ। ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਹੈਗਾ, ਮੇਰੇ ਇੱਕ ਦੋ ਡਾਕਟਰਸ ਦੋਸਤ ਨੇ, ਉਹਨਾਂ ਨੇ ਈਵਨ ਆਪਣੇ ਕਲੀਨਿਕਸ ਦੇ ਉੱਪਰ ਲਿਖ ਕੇ ਵੀ ਲਗਾਈ ਹੈ ਗੱਲ ਮੇਰੇ ਕਹਿਣ ਤੋਂ ਬਾਅਦ, ਕਿ ਇੰਟਰਨੈਟ ਦੇ ਉੱਪਰ ਜ਼ਿਆਦਾ ਸਰਚ ਨਾ ਕਰੋ ਆਪਣੀ ਪ੍ਰੋਬਲਮ ਨੂੰ। ਇਹ ਮੈਂ ਜਨਰਲੀ ਗੱਲ ਕਰਨੀ ਚਾਹੁੰਦਾ, ਕਰੋਨਾ ਦੇ ਨਾਲ ਤਾਂ ਹੈ ਹੀ ਹੈ, ਜਨਰਲੀ ਵੀ ਨੈੱਟ ਦੇ ਉੱਪਰ ਗੂਗਲ ਦੇ ਉੱਪਰ ਇੰਨੀ ਕੁ ਜਾਣਕਾਰੀ ਆ, ਪਰ ਉਹ ਜਾਣਕਾਰੀ ਕਈ ਵਾਰ ਬੰਦੇ ਨੂੰ ਇੰਨਾ ਕੁ ਵਹਿਮੀ ਬਣਾ ਦਿੰਦੀ ਆ। ਸਪੋਜ਼ ਕਰੋ ਕਿਸੇ ਬੰਦੇ ਦੇ ਲੈਫਟ ਸਾਈਡ ਤੇ ਪੇਨ ਹੋਣ ਲੱਗ ਗਈ ਸਿਰ ਦੇ ਵਿੱਚ, ਤੇ ਉਹ ਫਿਰ ਉਹ ਫ੍ਰੀ ਬੈਠਾ ਤੇ ਉਹਨੇ ਗੂਗਲ ਤੇ ਸਰਚ ਕੀਤੀ ਕਿ ਲੈਫਟ ਸਾਈਡ ਪੇਨ ਇਨ ਦਾ ਹੈਡ, ਠੀਕ ਹੈ, ਉਹਦੇ ਵਿੱਚ ਆ ਜਾਣਾ ਕਿ ਉਹਦਾ ਬੇਸਿਕ ਕੌਜ਼ ਕੀ ਆ, ਤੇ ਥੱਲੇ ਕਿੰਨੇ ਲਿੰਕ ਆ ਜਾਣੇ ਨੇ ਜਿਨ੍ਹਾਂ ਵਿੱਚ ਲਿਖਿਆ ਹੋਊਗਾ ਕਿ ਇਹਦੇ ਕਾਰਨ ਕੀ ਨੇ, ਇਹਦੇ ਇਫੈਕਟਸ ਕੀ ਨੇ, ਇਹਦੀ ਮੈਡੀਸਨ ਕੀ ਆ। ਤੇ ਬੰਦਾ ਜਦੋਂ ਉਹਨੂੰ ਸਰਚ ਕਰਨ ਲੱਗ ਜਾਂਦਾ ਤਾਂ ਤੁਹਾਨੂੰ ਗੱਲ ਸੁਣ ਕੇ ਸ਼ਾਇਦ ਅਜੀਬ ਲੱਗੇਗਾ, ਪਰ ਇਹੋ ਜਿਹੇ ਵੀ ਕੇਸ ਅਸੀਂ ਦੇਖਿਆ ਵੀ ਜਿਹੜੇ ਕਹਿੰਦੇ ਕਿ ਅੱਧੇ ਘੰਟੇ ਦੇ ਵਿੱਚ ਬੰਦੇ ਨੂੰ ਇਹ ਲੱਗਣ ਲੱਗ ਗਿਆ ਕਿਤੇ ਕੈਂਸਰ ਤਾਂ ਨਹੀਂ ਹੋ ਗਿਆ। ਇਹ ਗੱਲ ਹੈਗੀ ਕਰੋਨਾ ਦੀ ਕਿ ਜਦੋਂ ਅਸੀਂ ਉਹ ਲੋੜ ਤੋਂ ਜ਼ਿਆਦਾ, ਕਿਉਂਕਿ ਨੋਰਮਲੀ ਵੀ ਇਹਨਾਂ ਦਿਨਾਂ ਵਿੱਚ ਸਾਨੂੰ ਜ਼ੁਕਾਮ ਹੁੰਦਾ ਸੀ, ਕੋਲਡ ਹੁੰਦਾ ਸੀ, ਕਫ ਹੁੰਦੀ ਸੀ, ਖੰਘ ਹੁੰਦੀ ਸੀ, ਨੋਰਮਲੀ ਵੀ ਹੁੰਦੀ ਸੀ, ਹੁਣ ਜੇ ਕਿਸੇ ਨੂੰ ਕਫ ਹੋਈ ਆ ਜਾਂ ਕੋਲਡ ਦੀ ਪ੍ਰੋਬਲਮ ਆ, ਇਟ ਮੀਨਸ ਨੋਟ ਕਿ ਉਹਨੂੰ ਕਰੋਨਾ ਹੀ ਹੋਇਆ। ਅਸੀਂ ਇਹ ਕਹਿੰਦੇ ਹਾਂ ਕਿ ਉਹਨੂੰ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਕਿਉਂਕਿ ਕਰੋਨਾ ਹੋ ਸਕਦਾ, ਬਟ ਇਹਦਾ ਮਤਲਬ ਇਹ ਨਹੀਂ ਕਿ ਵੀ ਬੰਦਾ ਇੰਨਾ ਕੁ ਡਰ ਜੇ ਵੀ ਉਹ ਆਪ ਹੀ ਸਰਚ ਕਰਕੇ, ਕਿਉਂਕਿ ਜਦੋਂ ਡਰ ਜਾਂਦੇ ਨੇ ਲੋਕ ਤਾਂ ਕੁਛ ਕੇਸ ਇੱਦਾਂ ਦੇ ਆਏ ਨੇ ਜਿਹੜੇ ਪਹਿਲਾਂ ਆਪਣਾ ਟ੍ਰੀਟਮੈਂਟ ਸਟਾਰਟਿੰਗ ਦੇ ਵਿੱਚ ਲੈ ਸਕਦੇ ਸੀ, ਪਰ ਉਹਨਾਂ ਨੇ ਡਰਦਿਆਂ ਨੇ ਆਪਣੀ ਪ੍ਰੋਬਲਮ ਵੀ ਵਧਾ ਲਈ ਤੇ ਦੱਸੀ ਵੀ ਨਹੀਂ, ਤੇ ਇਸ ਡਰ ਦੇ ਕਾਰਨ ਕਿਤੇ ਮੈਂ ਕਰੋਨਾ ਪੋਜ਼ਿਟਿਵ ਨਾ ਹੋਵਾਂ, ਚੰਗੇ ਹੋਸਪਿਟਲ ਜਾਂ ਚੰਗੇ ਡਾਕਟਰ ਕੋਲ ਨਹੀਂ ਗਏ, ਉਹ ਪ੍ਰੋਬਲਮ ਵਧਾਉਣ ਤੋਂ ਬਾਅਦ ਗਏ। ਇਹ ਕੇਸ ਮੈਂ ਰੀਅਲ ਦੇ ਵਿੱਚ, ਕਿਉਂਕਿ ਡਾਕਟਰਸ ਦੇ ਨਾਲ ਮੇਰੇ ਲਿੰਕਸ ਨੇ, ਮੇਰੇ ਫਰੈਂਡਸ ਨੇ, ਉਹ ਦੱਸਦੇ ਨੇ ਕਿ ਕਈ ਲੋਕ ਆਪਣਾ ਜਾਂ ਕਈ ਇੱਦਾਂ ਦੇ ਨੇ ਉਹ ਸ਼ਰਮ ਮੰਨਦੇ ਨੇ ਕਿ ਜਾਂ ਡਰ ਮੰਨਦੇ ਨੇ ਪਤਾ ਨਹੀਂ ਕੀ ਹੋ ਜਾਏਗਾ, ਉਹ ਪੋਜ਼ਿਟਿਵ ਹੋਣ ਦੇ ਬਾਵਜੂਦ ਵੀ ਨਾ ਤਾਂ ਘੁੰਮਣੋਂ ਹਟਦੇ ਨੇ ਨਾ ਹੀ ਉਹ ਦੱਸਦੇ ਨੇ ਕਿ ਵੀ ਮੈਨੂੰ ਇਹ ਪ੍ਰੋਬਲਮ ਆ। ਤਾਂ ਉਹੋ ਜਿਹਾ ਬੰਦਾ ਕਈ ਵਾਰੀ ਸਪਰੈਡ ਕਰ ਦਿੰਦਾ ਪ੍ਰੋਬਲਮ ਨੂੰ। ਜੋ ਹਾਲਾਤ ਨੇ, ਸਾਨੂੰ ਸੋਸਾਇਟੀ ਦੇ ਪ੍ਰਤੀ, ਆਪਣੀ ਫੈਮਿਲੀ ਦੇ ਪ੍ਰਤੀ ਇਸ ਚੀਜ਼ ਨੂੰ ਫਰਜ਼ ਸਮਝਣਾ ਚਾਹੀਦਾ ਕਿ ਜੇ ਇੱਕ ਬੰਦਾ ਕਰੋਨਾ ਪੋਜ਼ਿਟਿਵ ਆ, ਉਹ ਆਪਣੇ ਘਰ ਬੈਠੇ ਪੂਰੀਆਂ ਪ੍ਰੀਕੋਸ਼ਨਸ ਲਵੇ, ਆਈਸੋਲੇਸ਼ਨ ਦੇ ਵਿੱਚ ਰਵੇ, ਆਪਣੇ ਫੈਮਿਲੀ ਮੈਂਬਰਸ ਤੋਂ ਡਿਸਟੈਂਸ ਰਵੇ। ਅੱਜ ਹੀ ਇੱਕ ਰੀਸੈਂਟ ਮੇਰੀ ਮਾਰਨਿੰਗ ਦੇ ਵਿੱਚ ਇੱਕ ਮੋਗਾ ਦੇ ਹੋਸਪਿਟਲ ਦੇ ਵਿੱਚ ਬੜੇ ਰਿਨੋਨਡ ਹੋਸਪਿਟਲ ਡਾਕਟਰ ਸਾਹਿਬ ਦੇ ਨਾਲ ਗੱਲ ਹੋਈ, ਉਹਨਾਂ ਨੇ ਮੈਨੂੰ ਇੱਕ ਕੇਸ ਦੱਸਿਆ, ਉਹਨਾਂ ਦੇ ਕਲੋਜ਼ ਫਰੈਂਡ ਸੀ, ਉਹ ਕਹਿੰਦੇ ਪੋਤੇ ਨੂੰ ਕਰੋਨਾ ਹੋਇਆ, ਉਹ ਘੁੰਮਣੋਂ ਨਹੀਂ ਸੀ ਹਟਦਾ, ਦਾਦਾ ਦਾਦੀ ਨੂੰ ਵੀ ਹੋ ਗਿਆ ਤੇ ਦਾਦੇ ਦੀ ਉਹਦੀ ਡੈਥ ਹੋ ਗਈ, ਦਾਦੀ ਬਚ ਗਈ। ਹੁਣ ਤੁਸੀਂ ਦੇਖੋ ਵੀ ਜੇ ਕੋਈ ਬੰਦਾ ਇਹ ਸੋਚਦਾ ਮੈਂ ਫਿੱਟ ਹਾਂ, ਯੰਗ ਹਾਂ, ਪਰ ਉਹਨੂੰ ਇਹ ਸਮਝਣਾ ਜ਼ਰੂਰੀ ਆ ਕਿ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਵੀ ਨੇ, ਮੇਰੇ ਘਰ ਦੇ ਵਿੱਚ ਪੇਰੈਂਟਸ ਵੀ ਨੇ, ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਸਿਹਤ ਨੂੰ ਬਚਾ ਕੇ ਰੱਖੀਏ, ਕਿਉਂਕਿ ਅਸੀਂ ਘਰ ਦੇ ਵਿੱਚ ਵੀ ਆਉਣਾ ਹੈਗਾ ਤੇ ਅਸੀਂ ਜੇ ਬਾਹਰੋਂ ਇਨਫੈਕਸ਼ਨ ਲੈ ਕੇ ਆਉਂਦੇ ਹਾਂ ਤਾਂ ਉਹ ਕਿਸੇ ਵੀ ਸਾਡੇ ਫੈਮਿਲੀ ਮੈਂਬਰ ਦੇ ਲਈ ਖਤਰਨਾਕ ਹੋ ਸਕਦਾ। ਮਤਲਬ ਕੁਛ ਇੱਕ ਚੀਜ਼ ਸਾਨੂੰ ਸਮਝਣੇ ਪੈਣਗੀਆਂ। ਹਾਂਜੀ ਪ੍ਰੋਫੈਸਰ ਸਾਹਿਬ, ਜਿੱਦਾਂ ਗੱਲ ਹੈਗੀ ਆ ਕਿ ਜਿਹੜੇ ਬੱਚੇ ਨੇ ਸੁਣਨ ਚ ਆਉਂਦਾ ਆ ਕਿ ਉਹਨਾਂ ਨੂੰ ਇੰਨਾ ਅਫੈਕਟ ਨਹੀਂ ਕਰਦਾ, ਪਰ ਉਹ ਕੈਰੀਅਰ ਬਣ ਜਾਂਦੇ ਨੇ ਕਿਤੇ ਨਾ ਕਿਤੇ, ਉਹ ਉਹਨਾਂ ਦੇ ਥਰੂ ਟਰੈਵਲ ਕਰਕੇ ਤੁਹਾਡੇ ਤੱਕ ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਤੱਕ ਇਹ ਵਾਇਰਸ ਆ ਜਾਂਦਾ ਆ। ਤੇ ਜੇ ਆਪਾਂ ਗੱਲ ਇਹਨਾਂ ਮੁਲਕਾਂ ਦੀ ਕਰਦੇ ਹਾਂ ਤੇ ਜਦੋਂ ਵੈਦਰ ਚੇਂਜ ਹੁੰਦਾ ਸਾਡੇ ਇੱਥੇ, ਜਿੱਦਾਂ ਹੁਣ ਪੱਤੇ ਨਿਕਲੇ ਨੇ, ਨਵੇਂ ਫੁੱਲ ਨਿਕਲਦੇ ਆ ਜਾਂ ਸਾਰਾ ਕੁਛ, ਤਾਂ ਜਿੱਦਾਂ ਤੁਸੀਂ ਆਪਾਂ ਕਹਿ ਦਿੰਦੇ ਹਾਂ ਫਲੂ ਵਗੈਰਾ, ਈਵਨ ਕਿ ਸਾਡੇ ਇੱਥੇ ਜਦੋਂ ਵੀ ਵੈਦਰ ਚੇਂਜ ਹੁੰਦਾ ਵਾ ਅਸੀਂ ਤੇ ਫਲੂ ਸ਼ਾਟ ਵੀ ਲਗਵਾਉਂਦੇ ਹਾਂ, ਤੇ ਉਹ ਮੈਨੂੰ ਨਹੀਂ ਪਤਾ ਕਿ ਇੰਡੀਆ ਦੇ ਵਿੱਚ ਵੀ ਇਹ ਪ੍ਰਚਲਿਤ ਹੈ, ਪਰ ਹਾਂ ਜਿਹੜਾ ਫਲੂ ਸ਼ਾਟ ਜਦੋਂ ਜਿਹਨਾਂ ਨੂੰ ਪ੍ਰੋਬਲਮ ਆਉਂਦੀ ਆ ਸੀਜ਼ਨ ਚੇਂਜ ਹੋਣ ਦੇ ਉੱਪਰ, ਭਾਵੇਂ ਉਹ ਸਰਦੀ ਜ਼ੁਕਾਮ ਦੀ ਹੋਵੇ, ਕਈਆਂ ਨੂੰ ਨਿੱਛਾਂ ਹੁੰਦੀਆਂ ਨੇ ਤੇ ਕਈਆਂ ਨੂੰ ਖਾਜ ਹੁੰਦੀ ਆ, ਇਹ ਸਾਰਾ ਜਦੋਂ ਵੈਦਰ ਚੇਂਜ ਹੁੰਦਾ ਆ ਜਾਂ ਜਦੋਂ ਦਰਖਤਾਂ ਦੇ ਵਿੱਚ ਨਵੇਂ ਪੱਤੇ ਨਿਕਲਦੇ ਨੇ, ਨਵੇਂ ਫੁੱਲ ਨਿਕਲਦੇ ਨੇ, ਉਸ ਦੇ ਨਾਲ ਇਹ ਫਲੂ ਦਾ ਜਿਹੜਾ ਮਾਹੌਲ ਬਣ ਜਾਂਦਾ ਆ। ਤੇ ਜ਼ਰੂਰ ਜੇ ਤੁਹਾਡੇ ਕੋਲ ਵੈਦਰ ਚੇਂਜ ਹੋਣ ਦੇ ਉੱਪਰ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਤੁਸੀਂ, ਮੈਂ ਤੇ ਕਹੂੰਗਾ ਕਿ 40+ ਜਿੰਨੇ ਵੀ ਨੇ ਜ਼ਰੂਰ ਫਲੂ ਸ਼ਾਟ ਲਵਾਓ, ਉਹ ਇੱਕ ਸੇਫਟੀ ਹੋ ਜਾਂਦੀ ਆ। ਤੇ ਉਸ ਦੇ ਨਾਲ ਮੈਨੂੰ ਇਹ ਵੀ ਜ਼ਰੂਰ ਦੱਸੋ ਜਿਹੜਾ ਇੱਥੇ ਕੋਵਿਡ-19 ਦਾ ਜਿਹੜਾ ਆਪਣਾ ਸ਼ਾਟ ਹੈਗੇ ਆ ਉਹ ਅਸੀਂ ਤੇ ਲਵਾ ਲਏ ਆ,
ਪਰ ਜੇ ਕੋਈ ਕਿਸੇ ਨੇ ਤੁਹਾਡੇ ਉੱਥੇ ਉਹਦਾ ਕੀ ਅਵੇਲੇਬਿਲਟੀ ਹੈਗੀ ਆ ਜਾਂ ਕਿੰਨੇ ਕੋਲ ਲੱਗੇ ਨੇ, ਇੱਕ ਕਾਲਰ ਜੁੜੇ ਨੇ, ਆਪਾਂ ਉਹਨਾਂ ਲੈ ਲਈਏ, ਫਿਰ ਆਪਾਂ ਅੱਗੇ ਅੱਗੇ ਗੱਲਬਾਤ ਕਰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਜਸ ਪੰਜਾਬੀ ਦੇ। ਹਾਂਜੀ, ਮੈਂ ਵੀ ਸਿਰਫ ਇੰਨੇ ਪੁੱਛਣਾ ਚਾਹੁੰਦਾ। ਹਾਂਜੀ, ਮੇਰੀ ਵਾਈਫ ਆ, ਇਹਨੂੰ ਨਾ ਕਬਜ਼ ਦੀ ਸ਼ਿਕਾਇਤ ਰਹਿੰਦੀ ਆ ਜੀ। ਭਾਈ, ਇਹਦਾ ਜੇ ਇਲਾਜ ਕੋਈ ਦਵਾਈ ਦੇਸੀ ਖਾਣ ਵਾਲੀ ਨਾਲ ਜਿਹਦੇ ਨਾਲ ਠੀਕ ਹੁੰਦੀ ਹੋਵੇ ਤਾਂ ਬਹੁਤ ਥੈਂਕ ਯੂ ਆ। ਹੋ ਗਏ ਕਰੀ ਇਹਨੂੰ 7-8 ਸਾਲ ਲਈ ਜੀ। ਤੇ ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਮੌਂਟਰੀਅਲ ਤੋਂ ਬੋਲਦਾ ਜੀ। ਅੱਛਾ, ਹਾਂਜੀ ਪ੍ਰੋਫੈਸਰ ਰਵੀ ਜੀ। ਹਾਂਜੀ ਸਰ, ਜਿਹੜੀ ਕਨਸਟੀਪੇਸ਼ਨ ਦੀ ਪ੍ਰੋਬਲਮ ਹੈਗੀ ਆ ਨਾ, ਦੇਖੋ ਪੇਟ ਤੋਂ ਜ਼ਿਆਦਾ ਸਮੱਸਿਆਵਾਂ ਨੇ ਜੇ ਕਨਸਟੀਪੇਸ਼ਨ ਹੁੰਦੀ ਆ ਤਾਂ। ਅਪਰੋਕਸੀਮੇਟਲੀ ਅਸੀਂ ਆਯੁਰਵੇਦ ਕਹਿ ਦਿੰਦੇ ਵੀ ਤਕਰੀਬਨ 100 ਬਿਮਾਰੀਆਂ, 70 ਤੋਂ ਲੈ ਕੇ 100 ਬਿਮਾਰੀਆਂ, ਉਹਨਾਂ ਦੀ ਜੜ ਜਿਹੜੀ ਆ ਉਹ ਕਨਸਟੀਪੇਸ਼ਨ ਹੁੰਦੀ ਆ। ਤਾਂ ਇਹਦੇ ਵਿੱਚ ਇਨੀਸ਼ੀਅਲ ਜਿਹੜਾ ਹੈ ਫਾਈਬਰ ਕੰਟੈਂਟ ਜਿਹੜਾ ਹੈ ਵੀ ਉਹ ਫੂਡ ਜਿਨ੍ਹਾਂ ਦੇ ਵਿੱਚ ਫਾਈਬਰ ਕਾਫੀ ਹੁੰਦਾ ਹੈਗਾ, ਜਿਵੇਂ ਸੈਲਡਸ ਨੇ, ਉਹ ਫਾਈਬਰ ਕੰਟੈਂਟ ਜੇ ਤੁਸੀਂ ਯੂਜ਼ ਕਰਦੇ ਹੋ, ਜਾਂ ਜਿਵੇਂ ਸੀਡਸ ਨੇ, ਮਿਕਸਚਰ ਸੀਡਸ ਮਿਕਸਚਰ ਹੋਇਆ, ਪੰਪਕਿਨ ਸੀਡਸ ਹੁੰਦੇ ਨੇ, ਫਲੈਕਸ ਸੀਡਸ ਨੇ, ਕਾਫੀ ਸੀਡਸ ਮਿਕਸਚਰ ਹੋਇਆ, ਉਹਦੇ ਵਿੱਚ ਫਾਈਬਰ ਕੰਟੈਂਟ ਕਾਫੀ ਹੁੰਦਾ। ਤਾਂ ਜਨਰਲੀ ਜਿਹੜਾ ਹੈ ਆਮ ਤੌਰ ਦੇ ਉੱਤੇ ਕਨਸਟੀਪੇਸ਼ਨ ਦੀ ਪ੍ਰੋਬਲਮ ਫਾਈਬਰ ਕੰਟੈਂਟ ਵਧਾਉਣ ਦੇ ਨਾਲ ਜਿਹੜਾ ਹੈ ਉਹ ਕਾਫੀ ਹੱਦ ਤੱਕ ਜਿਹੜੀ ਆ ਠੀਕ ਹੋ ਜਾਂਦੀ ਹੈਗੀ ਆ। ਤੇ ਹਾਂਜੀ ਸਰ, ਹਾਂਜੀ ਹਾਂਜੀ, ਕਹਿੰਦੇ ਨੇ ਕਿ ਸੈਲਡ ਵਗੈਰਾ ਦੀ ਵਰਤੋਂ ਜ਼ਿਆਦਾ ਕਰੋ। ਤੇ ਤੁਸੀਂ ਮੌਂਟਰੀਅਲ 'ਚ ਜੋ ਇੱਕ ਆਪਣਾ ਪ੍ਰੋਫੈਸਰ ਸਾਹਿਬ, ਇੱਕ ਹੋਰ ਬਹੁਤ ਇਫੈਕਟਿਵ ਚੀਜ਼ ਹੈਗੀ ਆ ਇਸ ਦੇ ਬਾਰੇ, ਪ੍ਰੋਨ ਜੂਸ ਮਿਲ ਜਾਂਦਾ ਆ ਜੀ। ਤੁਸੀਂ ਕਿਸੇ ਵੀ ਮਾਰਕੀਟ ਦੇ ਵਿੱਚ ਜਾਓਗੇ ਤਾਂ ਪ੍ਰੋਨ ਜੂਸ ਜਿਹੜਾ ਆ ਬਹੁਤ ਇਫੈਕਟਿਵ ਆ ਇਹਦੇ ਵਾਸਤੇ। ਹਾਂਜੀ, ਪ੍ਰੋਨ ਜੂਸ ਜਿਹੜਾ ਹੈ, ਪ੍ਰੋਨ ਇਹ ਪ੍ਰੋਨ ਜੂਸ ਜਿਹੜਾ, ਮੈਂ ਦੱਸਦਾ ਸਰ ਤੁਹਾਨੂੰ, ਜਿਸ ਤਰ੍ਹਾਂ ਆਪਣੇ ਕੋਲੇ ਪਲਮਸ ਹੁੰਦੇ ਨੇ ਸਰ, PRUNE ਤੁਹਾਡੇ ਵਾਲਮਾਰਟ ਦੇ ਉੱਤੇ ਵੀ ਮਿਲਦਾ ਹੈਗਾ ਏ, ਹੋਰ ਬ੍ਰਾਂਡ ਵੀ ਕਈ ਨੇ, ਮੈਂ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਬੇਸਿਕਲ ਇਸ ਤਰ੍ਹਾਂ ਪਲਮ ਹੁੰਦੇ ਨੇ ਜਿਹਨੂੰ ਅਸੀਂ ਆਲੂ ਬੁਖਾਰਾ ਕਹਿ ਦਿੰਦੇ ਹਾਂ। ਇਹ ਉਸੇ ਉਸੇ ਦੀ ਇੱਕ ਤਰ੍ਹਾਂ ਦੀ ਕਿਸਮ ਹੁੰਦੀ ਹੈ ਪ੍ਰੋਪਰ। ਤੁਸੀਂ ਵੈਸੇ ਜੇ ਤੁਹਾਡੇ ਕੋਲ ਪਲਮਸ ਵੀ ਤੁਸੀਂ ਖਾਂਦੇ ਹੋ ਸੀਜ਼ਨਲ, ਜਦੋਂ ਪਲਮਸ ਮਿਲਦੇ ਨੇ ਤਾਂ ਉਹ ਵੀ ਕੰਸਟੀਪੇਸ਼ਨ ਲਈ ਬੜੇ ਬੈਨੀਫਿਸ਼ੀਅਲ ਨੇ। ਜਿਹੜਾ ਪ੍ਰੂਨ ਜੂਸ ਹੈਗਾ ਜਾਂ ਪ੍ਰੂਨਸ ਵੈਸੇ ਵੀ ਡਰਾਈ ਫਾਰਮ ਦੇ ਵਿੱਚ ਪੈਕਟਸ 'ਚ ਮਿਲਦੇ ਨੇ, ਇਹ ਕਾਫੀ ਇਫੈਕਟਿਵ ਆ। ਇਸ ਤੋਂ ਬਿਨਾਂ ਤੁਸੀਂ ਸਰ ਮਾਰਨਿੰਗ ਦੇ ਵਿੱਚ, ਉਹ ਹਰ ਇਨਸਾਨ ਚਾਹੇ ਉਹਨੂੰ ਕੰਸਟੀਪੇਸ਼ਨ ਹੈ ਜਾਂ ਨਹੀਂ ਹੈ, ਉੱਠਦੇ ਸਾਰ ਜਿਹੜਾ ਸਭ ਤੋਂ ਪਹਿਲਾ ਕੰਮ ਆ ਉਹ, ਜੇ ਤੁਸੀਂ ਵਾਰਮ ਵਾਟਰ, ਗੁਣਗੁਣਾ ਪਾਣੀ, ਬਹੁਤ ਜ਼ਿਆਦਾ ਤਿੱਖਾ ਨਹੀਂ, ਤੇਜ਼ ਹੋਣਾ ਚਾਹੀਦਾ। ਤੇ ਉਹਦਾ ਇੱਕ ਪੀਣ ਦਾ ਮੈਂ ਤਰੀਕਾ ਵੀ ਤੁਹਾਨੂੰ ਦੱਸ ਦਿੰਦਾ ਹੈਗਾ ਕਿ ਜੇ ਤੁਸੀਂ ਗੁਣਗੁਣਾ ਪਾਣੀ ਮਾਰਨਿੰਗ ਲੈ ਕੇ ਜਦੋਂ ਸਭ ਤੋਂ ਪਹਿਲਾਂ ਤੁਸੀਂ ਉੱਠਦੇ ਹੋ, ਕੋਈ ਚਾਹ ਨਹੀਂ ਪੀਣੀ, ਕੁਛ ਵੀ ਖਾਣ ਪੀਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜਾਂ ਘੰਟਾ ਪਹਿਲਾਂ ਇੱਕ ਗਲਾਸ ਘੱਟੋ ਘੱਟ ਵਾਰਮ ਵਾਟਰ ਜ਼ਰੂਰ ਪੀਓ। ਔਰ ਉਸ ਨੂੰ ਪੀਣ ਦਾ ਜਿਹੜਾ ਤਰੀਕਾ ਹੈ, ਤੁਸੀਂ ਇਸ ਤਰ੍ਹਾਂ ਗਲਾਸ ਕੀਤਾ ਏਦਾਂ, ਤਾਂ ਉਸ ਪਾਣੀ ਨੂੰ ਤੁਸੀਂ ਆਪਣੇ ਮੂੰਹ ਦੇ ਵਿੱਚ ਘੁਮਾਉਣਾ। ਜਦੋਂ ਇੱਕ ਸਿਪ ਭਰੀ, ਪਹਿਲੀ ਗੱਲ ਤਾਂ ਪਾਣੀ ਬੈਠ ਕੇ ਪੀਣਾ, ਖੜੇ ਹੋ ਕੇ ਨਹੀਂ ਪੀਣਾ, ਉਹਦੀ ਇੱਕ ਸਿਪ ਲਈ ਉਸੇ ਪਾਣੀ ਦੀ, ਉਹਨੂੰ ਤੁਸੀਂ ਆਪਣੇ ਮੂੰਹ ਦੇ ਵਿੱਚ ਘੁਮਾਉਣਾ, ਠੀਕ ਹੈ ਜੀ, ਲੰਘਾ ਲੈਣਾ। ਉਸ ਤੋਂ ਬਾਅਦ ਦੂਸਰੀ ਸਿਪ ਜਿਹੜੀ ਆ ਉਹ ਫਿਰ ਇਸੇ ਤਰ੍ਹਾਂ ਉਹ ਤੁਸੀਂ ਗਲਾਸ ਪੂਰਾ ਇੱਦਾਂ ਹੀ ਪੀਣਾ ਹੈਗਾ। ਇਹਦੇ ਬੜੇ ਵਧੀਆ ਰਿਜ਼ਲਟ ਨੇ, ਕਿਉਂਕਿ ਜਿਹੜਾ ਸਾਡਾ ਸਲਾਈਵਾ ਹੁੰਦਾ ਮਾਰਨਿੰਗ ਟਾਈਮ, ਉਹ ਸਾਡੇ ਅੰਦਰ ਜਾਣਾ ਬੜਾ ਜ਼ਰੂਰੀ ਹੁੰਦਾ। ਅਸੀਂ ਕੀ ਕਰਦੇ ਹਾਂ, ਗਲਤੀ ਕਰ ਰਹੇ ਹਾਂ, ਅਸੀਂ ਉੱਠਦੇ ਸਾਰ ਕਈ ਵਾਰੀ ਬ੍ਰਸ਼ ਕਰਦੇ ਹਾਂ, ਤੇ ਬ੍ਰਸ਼ ਕਰਨ ਤੋਂ ਬਾਅਦ ਅਸੀਂ ਚਾਹ ਜਾਂ ਪਾਣੀ ਪੀਂਦੇ ਹਾਂ, ਜਾਂ ਅਸੀਂ ਮਾਰਨਿੰਗ ਉੱਠਦੇ ਸਾਰ ਚਾਹ ਪੀਂਦੇ ਹਾਂ। ਸਭ ਤੋਂ ਪਹਿਲਾਂ ਕੰਮ ਉੱਠਦੇ ਸਾਰ ਕੋਸਾ ਪਾਣੀ ਪੀਓ। ਕੋਸ਼ਿਸ਼ ਕਿ ਘੱਟੋ ਘੱਟ ਅੱਧਾ ਪੌਣਾ ਘੰਟਾ, ਜੇ ਹੋ ਸਕੇ ਤਾਂ 1 ਘੰਟਾ। ਹਾਂਜੀ ਪ੍ਰੋਫੈਸਰ ਸਾਹਿਬ, ਆਪਣੇ ਕੋਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਸਤਵੰਤ ਸਿੰਘ ਜੀ ਕਾਲ ਕਰਨ ਵਾਸਤੇ। ਤਾਂ ਤੁਹਾਨੂੰ ਹੋਪਫੁਲੀ ਆਨਸਰ ਮਿਲ ਗਿਆ ਹੈਗਾ, ਕਿਉਂਕਿ ਸਮਾਂ ਜਿਹੜਾ ਵਾ ਇਜਾਜ਼ਤ ਨਹੀਂ ਦੇ ਰਿਹਾ, ਸਾਡੇ ਕੋਲ 2 ਮਿੰਟ ਬਚੇ ਨੇ। ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਵਾਸਤੇ। ਹਾਂਜੀ, ਮੈਂ ਆਪਾਂ ਤੁਹਾਨੂੰ ਕਾਲ ਕਰਕੇ ਦੱਸ ਦਾਂਗੇ, ਸਾਡੇ ਕੋਲ ਨੰਬਰ ਆ ਗਿਆ ਜੀ ਤੁਹਾਡਾ। ਹਾਂਜੀ, ਥੋੜੀ ਦੇਰ ਤੱਕ ਦੱਸਦੇ ਹਾਂ ਜੀ। ਓਕੇ ਜੀ, ਥੈਂਕ ਯੂ। ਹਾਂਜੀ ਪ੍ਰੋਫੈਸਰ ਸਾਹਿਬ, ਸਮਾਂ ਜਿਹੜਾ ਆ ਹੁਣ ਕਾਫੀ ਲੰਘ ਗਿਆ ਆ, ਮੇਰੇ ਖਿਆਲ ਕੋਈ ਆਡੀਓ ਦੀ ਪ੍ਰੋਬਲਮ ਹੋ ਸਕਦਾ ਆ, ਹੋਵੇ ਉਹਨਾਂ ਦੀ ਸਾਈਡ ਤੋਂ ਹੋਵੇ ਜਾਂ ਸਾਡੀ ਸਾਈਡ। ਕਈ ਵਾਰ ਟੀਵੀ ਦੀ ਆਵਾਜ਼ ਜ਼ਿਆਦਾ ਹੁੰਦੀ ਆ ਤੇ ਉਹ ਰੀਵਰਬ ਆਉਂਦੀ ਆ ਤੇ ਗੱਲ ਸੁਣਦੀ ਨਹੀਂ ਆ। ਤੇ ਤੁਹਾਡੇ ਕੋਲ ਇੰਨੇ ਇਜਾਜ਼ਤ ਤੇ ਜਾਂਦੇ ਜਾਂਦੇ ਪਲੀਜ਼ ਕੀ ਮੈਸੇਜ ਦੇਣਾ ਚਾਹੋਗੇ? ਬਸ ਇਹੀ ਹੈਗਾ ਕਿ ਇਸ ਪ੍ਰੋਬਲਮ ਤੋਂ
ਡਰੋ ਨਾ, ਡਰ ਕੇ ਮਨ ਦੇ ਵਿੱਚ ਕੋਈ ਘਬਰਾਹਟ ਪੈਦਾ ਨਾ ਕਰੋ, ਬਟ ਆਪਣੇ ਸੇਫਟੀ ਮੈਜ਼ਰਸ ਨੇ ਜਿਹੜੇ ਮਾਸਕ ਪਾਉਣਾ, ਮਾਸਕ ਪਾਉਣ ਦੇ ਦੋ ਫਾਇਦੇ ਨੇ, ਇੱਕ ਤਾਂ ਜਦੋਂ ਤੁਸੀਂ ਸਾਹ ਲੈਂਦੇ ਹੋ ਜਾਂ ਦੂਸਰਾ ਬੰਦਾ ਤੁਹਾਡੇ ਕਲੋਜ਼ ਸਾਹ ਲੈਂਦਾ ਹੈਗਾ ਤਾਂ ਤੁਹਾਡੇ ਉਹ ਸਾਹ ਦਾ ਜਿਹੜਾ ਹੈਗਾ ਕੰਟੈਕਟ ਨਹੀਂ ਬਣਦਾ। ਸੈਕੰਡਲੀ ਸਾਨੂੰ ਪੰਜਾਬੀਆਂ ਨੂੰ ਆਦਤ ਹੁੰਦੀ ਥੋੜ੍ਹੀ ਦੇਰ ਬਾਅਦ ਇੱਦਾਂ ਫੇਸ ਦੇ ਉੱਤੇ ਹੱਥ ਟੱਚ ਕਰਦੇ ਹਾਂ, ਇਹ ਕਾਮਨ ਚੀਜ਼ ਆ, ਤਾਂ ਜੇ ਮਾਸਕ ਪਾਇਆ ਹੁੰਦਾ ਤਾਂ ਤੁਹਾਡਾ ਜਿਹੜਾ ਟੱਚ ਹੈਗਾ, ਕਿਉਂਕਿ ਤੁਹਾਡੇ ਹੱਥ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਟੱਚ ਹੋਏ ਹੁੰਦੇ ਨੇ, ਇਸ ਕਰਕੇ ਮਾਸਕ ਨੂੰ ਜਿਹੜਾ ਹੈ ਮਜ਼ਾਕ 'ਚ ਨਾ ਲਓ। ਮੈਂ ਸੁਜੈਸਟ ਕਰੂੰਗਾ ਕਿ ਉਹਨੂੰ ਪਾ ਕੇ ਰੱਖੋ, ਗਰਾਰੇ ਕਰੋ, ਸਟੀਮ ਲਓ, ਪਰ ਪੈਨਿਕ ਕ੍ਰੀਏਟ ਨਾ ਕਰੋ ਘਰ ਦੇ ਵਿੱਚ ਆ ਕੇ, ਵੀ ਡਰ ਦੇ ਨਾਲ ਇਹ ਚੀਜ਼ ਤੁਹਾਡੇ ਦੇ ਮਨ ਦੇ ਉੱਤੇ ਹਾਵੀ ਹੋਵੇ। ਡਾਇਟ ਦਾ ਖਿਆਲ ਰੱਖੋ ਔਰ 15-20 ਮਿੰਟ ਵਰਕਆਊਟ ਡੇਲੀ ਕੋਸ਼ਿਸ਼ ਕਰੋ ਕਿ ਐਕਸਰਸਾਈਜ਼ ਕਰੋ। ਜੀ ਪ੍ਰੋਫੈਸਰ ਰਵੀ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਦਰਸ਼ਕੋ, ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਹੋਰ ਵੱਧ ਤੋਂ ਵੱਧ ਜਿੰਨੀ ਵੀ ਜਾਣਕਾਰੀ ਦੇ ਸਕੀਏ ਦਿੰਦੇ ਰਹੀਏ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੀ ਵੀ ਵੱਧ ਤੋਂ ਵੱਧ ਮੌਜੂਦਾ ਹਾਲਾਤ ਦੇ ਉੱਪਰ ਜਾਣਕਾਰੀ ਆ ਜਾਂ ਜਿਹੜੀ ਚੀਜ਼ ਦੀ ਅਵੇਅਰਨੈਸ ਦੀ ਲੋੜ ਹੈ ਤੁਹਾਨੂੰ ਜ਼ਰੂਰ ਜਾਣਕਾਰੀ ਦੇਣਾ ਚਾਹਾਂਗੇ। ਤੇ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ nick@justbroadcasting.com ਦੇ ਉੱਪਰ ਜਾਂ ਫਿਰ info@justbroadcasting ਦੇ ਉੱਪਰ ਸੰਪਰਕ ਕਰਕੇ ਤੁਸੀਂ ਜਸ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ। ਤੁਹਾਡਾ ਕੋਈ ਵੀ ਬਿਜ਼ਨਸ ਹੈ, ਕੋਈ ਵੀ ਇਵੈਂਟ ਹੈਗਾ ਵਾ, ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਅੱਜ ਦੇ ਲਈ ਇੰਨਾ ਹੀ ਕਾਫੀ ਹੈ, ਦੋ ਇਜਾਜ਼ਤ, ਰੱਬ ਰਾਖਾ।